ਛੋਟੇ ਜਿਹੇ ਪਿੰਡ ਦਾ ਨੌਜਵਾਨ ਓਲੰਪਿਕ ਖੇਡਾਂ ਦੇ ਵਿੱਚ ਗਿਆ, ਪੈਰਿਸ ਓਲੰਪਿਕ ਦੇ ਵਿੱਚ ਗਿਆ। ਹਾਂਜੀ ਭਾਈ, ਸਫ਼ਰ ਵਧੀਆ ਰਿਹਾ ਤੇ ਆਪਾਂ ਬਹੁਤ ਕੁਝ ਨਵਾਂ ਸਿੱਖਿਆ ਉੱਥੋਂ। ਹਾਲਾਂਕਿ ਪਰਫਾਰਮੈਂਸ ਥੋੜੀ ਖਰਾਬ ਰਹੀ, ਬੁਖਾਰ ਹੋਣ ਕਰਕੇ ਕਾਫੀ ਦਿਨ ਮੈਨੂੰ ਬੁਖਾਰ ਰਿਹਾ। ਕਿਤਿਆਂ ਦੀ ਚੋਪੜਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਉਸ ਦਿਨ ਫਿਰ ਸਿਹਤ ਕਿਵੇਂ ਖਰਾਬ ਹੋਈ? ਫਿਰ ਮੈਨੂੰ ਐਂ ਲਾ ਲਓ ਵੀ 1 ਤਰੀਕ ਨੂੰ ਜਿੱਦੇ ਕੰਪੀਟੀਸ਼ਨ ਸੀਗਾ ਉਸ ਦਿਨ ਵੀ ਸਵੇਰੇ ਮੈਨੂੰ ਬੁਖਾਰ ਸੀ, ਆਪਾਂ ਦਵਾਈ ਖਾ ਨਹੀਂ ਸਕਦੇ ਸੀ। ਇੰਟਰਨੈਸ਼ਨਲ ਲੈਵਲ 'ਤੇ ਵੀ ਕੰਪੀਟੀਸ਼ਨ ਖੇਡੇ ਨੇ, ਉਸ ਤੋਂ 2 ਮਹੀਨੇ ਪਹਿਲਾਂ ਹੀ ਮੈਂ ਸਲੋਵਾਕੀਆ ਕੰਪੀਟੀਸ਼ਨ ਖੇਡ ਕੇ ਆਇਆ ਸੀ ਯੂਰਪ ਦੇ ਵਿੱਚ, ਅਤੇ ਉੱਥੇ ਮੈਂ 1 ਘੰਟਾ 20 ਮਿੰਟ ਦਾ ਸਮਾਂ ਕੱਢ ਕੇ ਮੇਰਾ ਉੱਥੋਂ ਬ੍ਰੋਂਜ਼ ਮੈਡਲ ਸੀਗਾ ਉਹ ਕੰਪੀਟੀਸ਼ਨ ਦੇ ਵਿੱਚੋਂ, ਅਤੇ ਬਾਕੀ ਟੋਪ ਕਲਾਸ ਐਥਲੀਟਾਂ ਦੇ ਨਾਲ ਪਰਫੋਰਮ ਕਰਨਾ ਅਤੇ ਉਹ ਮਾਹੌਲ ਜਿਹੜਾ ਬਣਿਆ ਪਿਆ ਹੁੰਦਾ। ਐਲਫਿਨ ਟਾਵਰ ਦੇ ਸਾਹਮਣੇ ਸਾਡੀ ਰੇਸ ਹੋਈ ਸੀ, ਅਤੇ ਬਈ ਦੇਖ ਲਓ ਖੁਦ 9 ਸਾਲ ਮੈਨੂੰ ਹੋ ਗਏ ਪ੍ਰੈਕਟਿਸ ਕਰਦੇ ਨੂੰ, ਫਿਰ ਕਿਤੇ ਜਾ ਕੇ ਇਹ ਖੇਡਣ ਦਾ ਆਪਾਂ ਨੂੰ ਮੌਕਾ ਮਿਲਿਆ। ਓਲੰਪਿਕ ਜਾਣ ਤੋਂ ਪਹਿਲਾਂ ਵੀ ਇਨਾਮ ਰਾਸ਼ੀ ਦਿੱਤੀ ਗਈ, ਜਿਹੜੀ ਕਿ ਇੱਕ ਵੱਖਰੀ ਹੀ ਮੈਨੂੰ ਸਕੀਮ ਲੱਗੀ ਹੈਗੀ, ਬਹੁਤ ਵਧੀਆ ਸਕੀਮ ਲੱਗੀ ਆ ਕਿ ਓਲੰਪਿਕ ਜਾਣ ਤੋਂ ਪਹਿਲਾਂ ਵੀ ਇਨਾਮ ਰਾਸ਼ੀ ਦਿੱਤੀ ਗਈ ਆ, ਅਤੇ ਓਲੰਪਿਕ ਆਉਣ ਤੋਂ ਤੁਰੰਤ ਬਾਅਦ ਇੱਕ ਫੰਕਸ਼ਨ ਰੱਖ ਕੇ ਇੱਕ ਸਨਮਾਨਿਤ ਕੀਤਾ ਗਿਆ। ਪ੍ਰਾਈਮੇਸ਼ੀਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਣਾ। ਪੈਰਿਸ ਓਲੰਪਿਕ ਖੇਡਾਂ ਹੋਈਆਂ, 4 ਸਾਲਾਂ ਬਾਅਦ ਓਲੰਪਿਕ ਖੇਡਾਂ ਹੁੰਦੀਆਂ ਨੇ, ਅਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੇ ਓਲੰਪਿਕ ਖੇਡਾਂ ਦੇ ਵਿੱਚ 117 ਪਲੇਅਰ ਗਏ ਸੀ ਪਰ ਸਿਰਫ 6 ਮੈਡਲ ਆਏ ਨੇ, ਕਿਉਂਕਿ ਓਲੰਪਿਕ ਦੇ ਵਿੱਚ ਮੈਡਲ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ, ਓਲੰਪਿਕ ਖੇਡਾਂ ਦੇ ਵਿੱਚ ਪਾਰਟੀਸਪੇਸ਼ਨ ਕਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਆ। ਅੱਜ ਇੱਕ ਅਜਿਹੇ ਪਲੇਅਰ ਦੇ ਨਾਲ ਮਿਲਾਵਾਂਗੇ ਜ਼ਿਲ੍ਹੇ ਬਰਨਾਲੇ ਦੇ ਕੰਨਕੇ ਪਿੰਡ ਦਾ ਨੌਜਵਾਨ, ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਓਲੰਪਿਕ ਖੇਡਾਂ ਦੇ ਵਿੱਚ ਗਿਆ, ਪੈਰਿਸ ਓਲੰਪਿਕ ਦੇ ਵਿੱਚ ਗਿਆ, ਭਾਵੇਂ ਕਿ ਮੈਡਲ ਨਹੀਂ ਆਇਆ ਪਰ ਉੱਥੇ ਪਹੁੰਚਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਬਰਨਾਲੇ ਜ਼ਿਲ੍ਹੇ ਦਾ ਪਹਿਲਾ ਓਲੰਪੀਅਨ ਅਕਸ਼ਦੀਪ ਕਾਨੇਕੇ ਮੇਰੇ ਨਾਲ ਮੌਜੂਦ ਆ, ਗੱਲਬਾਤ ਕਰਾਂਗੇ ਬਾਈ ਦੇ ਨਾਲ। ਬਾਈ ਜੀ ਬਹੁਤ ਬਹੁਤ ਸਵਾਗਤ ਪ੍ਰਾਈਮੇਸ਼ਨ, ਠੀਕ ਠਾਕ ਹੋ? ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਤੁਸੀਂ ਆਏ ਸੁਣੋ, ਆਇਆਂ ਨੂੰ ਜੀ ਆਇਆਂ ਨੂੰ, ਠੀਕ ਠਾਕ ਸੀ ਤਾਂ? ਹਾਂਜੀ ਬਾਈ, ਹੁਣ ਠੀਕ ਆ, ਵਧੀਆ। ਓਲੰਪਿਕ ਖੇਡ ਕੇ ਆਏ ਹੋ, ਬਹੁਤ ਵੱਡੀ ਪ੍ਰਾਪਤੀ ਆਪਣੇ ਆਪ ਦੇ ਵਿੱਚ ਓਲੰਪਿਕ ਖੇਡਾਂ ਦੇ ਵਿੱਚ ਜਾਣਾ, ਕਿਵੇਂ ਦਾ ਰਿਹਾ ਸਫ਼ਰ ਓਲੰਪਿਕ ਦਾ? ਹਾਂਜੀ ਬਾਈ, ਸਫ਼ਰ ਵਧੀਆ ਰਿਹਾ ਅਤੇ ਆਪਾਂ ਬਹੁਤ ਕੁਝ ਨਵਾਂ ਸਿੱਖਿਆ ਉੱਥੋਂ। ਹਾਲਾਂਕਿ ਪਰਫਾਰਮੈਂਸ ਥੋੜ੍ਹੀ ਖਰਾਬ ਰਹੀ, ਬੁਖਾਰ ਹੋਣ ਕਰਕੇ ਕਾਫੀ ਦਿਨ ਮੈਨੂੰ ਬੁਖਾਰ ਰਿਹਾ, ਜਿਹਦੇ ਕਰਕੇ ਮੈਂ ਆਪਦਾ ਬੈਸਟ ਪਰਫਾਰਮੈਂਸ ਨਹੀਂ ਦੇ ਸਕਿਆ, ਪਰ ਸਿੱਖਣ ਲਈ ਓਲੰਪਿਕਸ ਦੇ ਵਿੱਚੋਂ ਮੈਂ ਬਹੁਤ ਕੁਝ ਨਵਾਂ ਸਿੱਖਿਆ ਹੈ। ਪਹਿਲੀ ਵਾਰ ਗਏ ਸੀ ਓਲੰਪਿਕ ਦੇ ਵਿੱਚ ਨਾ, ਓਲੰਪਿਕ ਦੇ ਵਿੱਚ ਐਜ ਏ ਦਰਸ਼ਕ ਜਾਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਮੇਰਾ ਸੁਪਨਾ ਵੀ ਓਲੰਪਿਕ ਮੈਂ ਐਜ ਏ ਦਰਸ਼ਕ ਦੇਖਣੀ ਆ, ਉਹ ਵੀ ਸ਼ਾਇਦ ਨਾ ਪੂਰਾ ਹੋਵੇ, ਪਰ ਤੁਸੀਂ ਐਜ ਏ ਪਲੇਅਰ ਗਏ ਹੋ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਜਾ ਕੇ, ਕੀ ਕੁਛ ਸਿੱਖਿਆ ਉੱਥੇ ਜਾ ਕੇ ਓਲੰਪਿਕ ਦੇ ਵਿੱਚ? ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਹੁੰਦਾ, ਉਸ ਟੂਰਨਾਮੈਂਟ ਦਾ ਇੰਤਜ਼ਾਰ 4 ਸਾਲ ਸਾਨੂੰ ਕਰਨਾ ਪੈਂਦਾ, ਤੁਸੀਂ ਉੱਥੇ ਗਏ ਹੋ, ਕੀ ਕੁਛ ਵੇਖਿਆ ਨਵਾਂ? ਹਾਂਜੀ, ਟੂਰਨਾਮੈਂਟ ਬਹੁਤ ਵੱਡਾ ਸੀ ਅਤੇ ਬਾਕੀ ਬਹੁਤ ਹੀ ਚੋਟੀ ਦੇ ਐਥਲੀਟ ਆਏ ਹੋਏ ਸੀ USA ਦੇ, ਜਿਨ੍ਹਾਂ ਨੂੰ ਅਸੀਂ ਹਜੇ ਤੱਕ ਟੀਵੀਆਂ ਦੇ ਉੱਤੇ ਦੇਖਿਆ, ਬਾਸਕਟਬਾਲ ਟੀਮ ਦੇ ਸਟਾਰ ਜਾਂ ਹੋਰ ਵੀ ਬਹੁਤ ਐਥਲੀਟ ਇੱਦਾਂ ਦੇ ਸੀ ਜਿਹੜੇ ਆਏ ਹੋਏ ਸੀਗੇ ਉੱਥੇ, ਬਹੁਤ ਦੁਨੀਆ ਦੇ ਸਟਾਰ ਪਲੇਅਰ ਆਏ ਹੋਏ ਸੀ, ਉਹਨਾਂ ਨੂੰ ਦੇਖਿਆ ਅਤੇ ਉਹਨਾਂ ਨਾਲ ਪ੍ਰੈਕਟਿਸ ਕਰਦੇ ਰਹੇ ਐਥਲੈਟਿਕਸ ਦੇ ਵਿੱਚ, ਅਤੇ ਉਹਨਾਂ ਨੂੰ ਪ੍ਰੈਕਟਿਸ ਕਰਦੇ ਦੇਖਿਆ, ਉਹਨਾਂ ਨੂੰ ਖੇਡਦੇ ਦੇਖਿਆ, ਉਹਨਾਂ ਨੂੰ ਡੇਲੀ ਮੈਚ ਦੇ ਵਿੱਚ ਖਾਣਾ ਖਾਂਦੇ ਤੁਰਦੇ ਫਿਰਦੇ ਦੇਖਿਆ, ਤਾਂ ਮਤਲਬ ਕਿ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਸੀਗਾ ਅਤੇ ਬਹੁਤ ਹੀ ਵਧੀਆ ਲੱਗਿਆ ਜੀ। ਓਲੰਪਿਕ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਉੱਥੇ, ਕਿਉਂਕਿ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ, ਤੁਸੀਂ ਬੜੀ ਛੋਟੀ ਉਮਰ ਦੇ ਵਿੱਚ ਓਲੰਪਿਕ 'ਚ ਪਹੁੰਚ ਗਏ, ਜਦੋਂ ਪਹੁੰਚੇ ਉੱਥੇ ਪੈਰਿਸ ਦੇ ਵਿੱਚ ਤੁਸੀਂ, ਤਾਂ ਉੱਥੇ ਜਾ ਕੇ ਕੀ ਮਹਿਸੂਸ ਕੀਤਾ ਕਿ ਜਿਹੜਾ ਸੁਪਨਾ ਸੀ ਤੁਹਾਡਾ ਓਲੰਪਿਕ ਖੇਡਣ ਦਾ ਉਹ ਪੂਰਾ ਹੋ ਗਿਆ ਸੀ, ਉੱਥੇ ਜਾ ਕੇ ਮਹਿਸੂਸ ਕੀ ਹੋਇਆ? ਹਾਂਜੀ, ਮਹਿਸੂਸ ਇਹ ਸੀ ਵੀ ਪਹਿਲਾਂ ਤਾਂ ਸੁਪਨਾ ਆਪਣਾ ਓਲੰਪਿਕ ਦਾ ਹੁੰਦਾ ਅਤੇ ਮੈਂ ਉਹਦੇ ਲਈ ਕੁਆਲੀਫਾਈ ਕੀਤਾ ਅਤੇ ਉੱਥੇ ਗਿਆ, ਅਤੇ ਮੈਨੂੰ ਇਹ ਗੱਲ ਦੀ ਵੀ ਬਹੁਤ ਖੁਸ਼ੀ ਹੋਈ, ਅਤੇ ਬਾਕੀ ਵੀਰੇ ਹੋਰ ਵੀ ਆਪਾਂ ਬਹੁਤ ਕੁਝ ਸਿੱਖਿਆ ਤੋਂ ਅਤੇ ਜਿਹੜਾ ਆਪਾਂ ਹੁਣ ਆਪਣੇ ਆਪ 'ਤੇ ਲਾਗੂ ਕਰਾਂਗੇ ਅਤੇ ਅਗਲੀ ਵਾਰ ਹੋਰ ਮਿਹਨਤ ਕਰਕੇ ਆਪਾਂ ਉੱਥੋਂ ਦੀ ਮੈਡਲ ਲਈ ਪ੍ਰੈਕਟਿਸ ਕਰਕੇ ਜਾਵਾਂਗੇ। ਜੀ ਜੀ,
ਅੱਛਾ, ਜਦੋਂ ਓਲੰਪਿਕ ਦੇ ਵਿੱਚ ਤੁਸੀਂ ਗਏ, ਬਹੁਤ ਸਾਰੇ ਐਥਲੀਟਾਂ ਨੂੰ ਮਿਲਿਓ, ਇੰਡੀਆ ਦੇ ਵੱਡੇ ਐਥਲੀਟ, ਮੈਂ ਦੇਖਿਆ ਕਿ ਨੀਰਜ ਚੋਪੜਾ ਦੇ ਨਾਲ ਤੁਸੀਂ ਤਸਵੀਰਾਂ ਸਾਂਝੀਆਂ ਕੀਤੀਆਂ, ਨੀਰਜ ਚੋਪੜਾ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਕਿਸ ਤਰ੍ਹਾਂ ਦਾ ਸੁਭਾਅ ਬਾਈ ਦਾ, ਕੀ ਕੁਛ ਸਿੱਖਣ ਨੂੰ ਮਿਲਿਆ? ਹਾਂਜੀ ਬਾਈ, ਨੀਰਜ ਚੋਪੜਾ ਬਾਈ ਨਾਲ ਵੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਨੂੰ ਪਹਿਲਾਂ ਵੀ ਮੈਂ ਕਾਫੀ ਵਾਰ ਮਿਲ ਚੁੱਕਿਆ ਵੱਡੇ ਕੰਪੀਟੀਸ਼ਨਾਂ ਤੇ ਬਾਈ ਦਾ ਸੁਭਾਅ ਬਹੁਤ ਹੀ ਡਾਊਨ ਟੂ ਅਰਥ ਆ, ਜਿੱਦਾਂ ਕਹਿ ਲਈਏ ਇਕੱਲਾ ਦਿਖਾਵਾ ਨਹੀਂ ਹੈਗਾ, ਮਤਲਬ ਰੀਅਲਟੀ ਦੇ ਵਿੱਚ ਹੀ ਬਾਈ ਬਹੁਤ ਹੀ ਸਿੰਪਲ ਆਗਾ, ਤੇ ਸੋਸ਼ਲ ਮੀਡੀਆ ਤੋਂ ਕਾਫੀ ਦੂਰ ਰਹਿੰਦਾ ਗਾ, ਤੇ ਅਸੀਂ ਮੈਂ ਵੀ ਇਹ ਚੀਜ਼ਾਂ ਉਹਨਾਂ ਤੋਂ ਸਿੱਖੀਆਂ ਨੇ ਇਹ, ਤੇ ਉਹਨਾਂ ਨਾਲ ਮਿਲਦੇ ਰਹਿੰਦੇ ਹਾਂ, ਤੇ ਇਸ ਵਾਰ ਵੀ ਕਾਫੀ ਲੰਮਾ ਸਮਾਂ ਰਹੇ ਹਾਂ ਇਕੱਠੇ ਰਹੇ ਹਾਂ, ਤੇ ਇੱਕੋ ਹੀ ਬਿਲਡਿੰਗ ਦੇ ਵਿੱਚ ਅਸੀਂ ਰਹਿ ਰਹੇ ਸੀ ਸਾਰੀ ਇੰਡੀਆ ਟੀਮ, ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਉਹਨਾਂ ਨਾਲ ਹੋਰ ਵੀ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ, ਤੇ ਬਾਈ ਦਾ ਬਹੁਤ ਵਧੀਆ ਸੁਭਾਅ ਗਾ, ਪੇਂਡੂ ਸੁਭਾਅ ਗਾ, ਜਿਵੇਂ ਪਿੰਡਾਂ ਚੋਂ ਨਿਕਲਿਆ ਹੋਇਆ ਬਾਈ, ਤੇ ਬਹੁਤ ਵਧੀਆ ਲੱਗਿਆ ਇੰਨੇ ਵੱਡੇ ਐਥਲੀਟ ਨੂੰ ਇੰਨਾ ਨੇੜਿਓਂ ਇੰਨਾ ਵਧੀਆ ਦੇਖ ਕੇ। ਕੀ ਕੁਛ ਸਿੱਖਿਆ, ਸਿਖਾਉਂਦੇ ਰਹਿੰਦੇ ਸੀ ਕੁਛ ਤੁਹਾਨੂੰ ਵੀ ਅਕਸ਼ ਇੱਦਾਂ ਕਰਨਾ? ਹਾਂਜੀ ਬਾਈ, ਸਾਡੀ ਇੱਕ ਦਿਨ ਕਾਫੀ ਲੰਮੀ ਗੱਲਬਾਤ ਹੋਈ ਸੀ ਬਾਈ ਨਾਲ, ਅਸੀਂ ਸਾਰੀ ਰੇਸ ਵਾਕਰ ਟੀਮ ਅਸੀਂ ਸਾਰੀ ਬੈਠੇ ਸੀ 3-4 ਜਾਣੇ, ਤੇ ਉਹ ਆਪਦੀ ਤੁਰਕੀ ਦਾ ਹੁਣ ਪਿਛਲਾ ਕਾਫੀ ਟਾਈਮ ਉਹਨਾਂ ਨੇ ਤੁਰਕੀ ਦੇ ਵਿੱਚ ਪ੍ਰੈਕਟਿਸ ਕਰਕੇ ਆਇਆ, ਤੇ ਉੱਥੋਂ ਦੇ ਵੈਦਰ ਬਾਰੇ, ਮੌਸਮ ਬਾਰੇ, ਤੇ ਆਪਦੀ ਟ੍ਰੇਨਿੰਗ ਸੈਸ਼ਨ ਉਹਨਾਂ ਨੇ ਮਤਲਬ ਕਿ ਗਰਮ ਵੈਦਰ ਦੇ ਵਿੱਚ ਕਿੱਦਾਂ ਦੀ ਟ੍ਰੇਨਿੰਗ ਕੀਤੀ ਉਹ ਸਾਰਾ ਕੁਝ ਦੱਸਿਆ, ਤੇ ਵੀ ਆਪਦੀ ਟ੍ਰੇਨਿੰਗ ਦਾ ਕਾਫੀ ਚੀਜ਼ਾਂ ਸਾਂਝੀਆਂ ਕੀਤੀਆਂ, ਕਾਫੀ ਟੈਕਨੀਕ ਵਗੈਰੇ, ਮਤਲਬ ਕਿ ਇੱਦਾਂ ਦੀਆਂ ਚੀਜ਼ਾਂ ਸਾਂਝੀਆਂ ਕਰੀਆਂ ਜਿਨ੍ਹਾਂ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੇ ਅਸੀਂ ਵੀ ਕੋਈ ਨਵੀਆਂ ਚੀਜ਼ਾਂ ਉਹਨਾਂ ਤੋਂ ਸਿੱਖੀਆਂ। ਅੱਛਾ, ਮੈਚ ਦੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਬਿਮਾਰ ਵੀ ਹੋ ਗਏ ਉੱਥੇ ਜਾ ਕੇ, ਕਿੰਨੇ ਦਿਨ ਪਹਿਲਾਂ ਪਹੁੰਚੇ ਸੀਗੇ ਮੈਚ ਤੋਂ, ਕਿੰਨੇ ਦਿਨ ਪਹਿਲਾਂ ਉੱਥੇ ਪਹੁੰਚ ਗਏ, ਤਾਂ ਉਸ ਦਿਨ ਫਿਰ ਸਿਹਤ ਕਿਵੇਂ ਮਤਲਬ ਖਰਾਬ ਹੋਈ? ਅਸੀਂ 28 ਤਰੀਕ ਨੂੰ ਇੱਥੋਂ ਗਏ ਸੀਗੇ, 28 ਨੂੰ ਸ਼ਾਮ ਕੁ ਤੱਕ ਅਸੀਂ ਪਹੁੰਚ ਗਏ ਸੀਗੇ ਉੱਥੇ, ਤੇ ਇੱਥੋਂ ਹੀ ਮਤਲਬ ਕਿ ਥੋੜਾ ਗਰਮੀ ਸੀਗੀ ਆਪਣੇ ਦਿੱਲੀ ਵਿੱਚ, ਉਸ ਟਾਈਮ ਦਿੱਲੀ ਤੋਂ ਅਸੀਂ ਗਏ ਹਾਂ, ਆਪਣੇ ਕਾਫੀ ਗਰਮੀ ਸੀਗੀ, ਤੇ ਉੱਥੇ ਜਾ ਕੇ ਇੱਕਦਮ ਬਾਰਿਸ਼ ਹੋ ਰਹੀ ਸੀ, ਤੇ ਜਿਸ ਕਰਕੇ ਮੈਨੂੰ ਲੱਗਿਆ ਵੀ ਸ਼ਾਇਦ ਮੈਂ ਉਸ ਬਾਰਿਸ਼ ਕਰਕੇ ਇੱਕਦਮ ਮੈਨੂੰ ਗਰਮ ਸਰਦ ਹੋ ਗਿਆ, ਜਾਂ ਕਹਿ ਲਓ ਬੁਖਾਰ ਸ਼ੁਰੂ ਹੋ ਗਿਆ, ਤੇ ਉਸ ਤੋਂ ਬਾਅਦ ਕਾਫੀ ਬੁਖਾਰ ਰਿਹਾ ਮੈਨੂੰ 29-30 ਤਰੀਕ ਤੱਕ ਬੁਖਾਰ ਰਿਹਾ, ਫਿਰ ਮੈਨੂੰ ਐਂ ਲਾ ਲਓ ਵੀ 1 ਤਰੀਕ ਨੂੰ ਜਿੱਦੇ ਕੰਪੀਟੀਸ਼ਨ ਸੀਗਾ ਉਸ ਦਿਨ ਵੀ ਸਵੇਰੇ ਮੈਨੂੰ ਬੁਖਾਰ ਸੀ, ਤੇ ਮੈਂ ਦਵਾਈ ਲੈ ਕੇ ਕੰਪੀਟੀਸ਼ਨ ਖੇਡਿਆ, ਤੇ ਜ਼ਿਆਦਾ ਹੈਵੀ ਡੋਜ਼ ਆਪਾਂ ਦਵਾਈ ਖਾ ਨਹੀਂ ਸਕਦੇ ਸੀ ਕਿਉਂਕਿ ਡੋਪ ਟੈਸਟ ਦੇ ਵੀ ਕੁਝ ਨਿਯਮ ਹੁੰਦੇ ਨੇ, ਤੇ ਉਹਦੇ ਕਰਕੇ ਮੇਰਾ ਇਹ ਕੰਪੀਟੀਸ਼ਨ ਆ ਜਿਹੜਾ ਜੋ ਮੈਂ ਕਰਨ ਲਈ ਟ੍ਰੇਨਿੰਗ ਕੀਤੀ ਸੀ ਜਾਂ ਸੋਚਿਆ ਸੀ ਉਹ ਤੋਂ ਮੈਂ ਥੋੜ੍ਹਾ ਖੁੰਝ ਗਿਆ ਇਸ ਵਾਰ ਜੀ। ਅੱਛਾ, ਪਹਿਲਾਂ ਵੀ ਤੁਸੀਂ ਤੁਹਾਡੇ ਮੈਚ ਬਹੁਤ ਹੋਏ ਇੰਡੀਆ ਦੇ ਵਿੱਚ ਵੀ ਹੋਏ, ਹੋਰ ਇੰਟਰਨੈਸ਼ਨਲ ਮੈਚ ਵੀ ਤੁਸੀਂ ਹੋਏ, ਉਹਨਾਂ ਮੈਚਾਂ ਦਾ ਤੇ ਓਲੰਪਿਕ ਦੇ ਵਿੱਚ ਜਿਹੜਾ ਤੁਸੀਂ ਖੇਡਿਆ ਮੈਚ ਆਪਦਾ, ਉਹਦਾ ਕੀ ਫਰਕ ਸੀ? ਓਲੰਪਿਕ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਤੁਸੀਂ ਓਲੰਪਿਕ ਦੇ ਵਿੱਚ ਆਪਣੀ ਰੇਸ ਸ਼ੁਰੂ ਕੀਤੀ ਆ? ਹਾਂਜੀ, ਉੱਥੇ ਮਾਹੌਲ ਇੱਕ ਵੱਡੇ ਲੈਵਲ ਦਾ ਮਾਹੌਲ ਸੀਗਾ, ਤੇ ਹੋਰ ਵੀ ਆਪਾਂ ਕਾਫੀ ਇੰਡੀਆ ਲੈਵਲ ਤੇ ਕੰਪੀਟੀਸ਼ਨ ਖੇਡੇ ਨੇ, ਜਾਂ ਕਹਿ ਲਓ ਇੰਟਰਨੈਸ਼ਨਲ ਲੈਵਲ ਤੇ ਵੀ ਕੰਪੀਟੀਸ਼ਨ ਖੇਡੇ ਨੇ। ਉਸ ਤੋਂ 2 ਮਹੀਨੇ ਪਹਿਲਾਂ ਹੀ ਮੈਂ ਸਲੋਵਾਕੀਆ ਕੰਪੀਟੀਸ਼ਨ ਖੇਡ ਕੇ ਆਇਆ ਸੀ, ਯੂਰਪ ਦੇ ਵਿੱਚ ਹੀ ਪੈਂਦਾ ਜੋ ਪੈਰਿਸ ਤੋਂ 300-400 ਕਿਲੋਮੀਟਰ ਹੀ ਦੂਰ ਹੈਗਾ ਦੇਸ਼, ਤੇ ਉੱਥੇ ਮੈਂ 1 ਘੰਟਾ 20 ਮਿੰਟ ਦਾ ਸਮਾਂ ਕੱਢ ਕੇ ਮੇਰਾ ਉੱਥੋਂ ਬ੍ਰੌਂਜ਼ ਮੈਡਲ ਸੀਗਾ ਉਹ ਕੰਪੀਟੀਸ਼ਨ ਦੇ ਵਿੱਚੋਂ, ਤੇ ਉਸ ਤੋਂ ਬਾਅਦ ਮੈਂ ਹੋਰ ਵੀ ਕਾਫੀ ਟ੍ਰੇਨਿੰਗ ਕੀਤੀ ਸੀ ਪੈਰਿਸ ਦੇ ਲਈ, ਤੇ ਵਧੀਆ ਟ੍ਰੇਨਿੰਗ ਸੀ, ਪਰ ਕਹਿ ਲਓ ਵੀ ਇੱਕ ਪ੍ਰੈਸ਼ਰ ਵੀ ਹੁੰਦਾ ਵੱਡੇ ਕੰਪੀਟੀਸ਼ਨ ਦਾ, ਤੇ ਵੀ ਥੋੜਾ ਆਪਣੀ ਥੋੜੀ ਬੈਡ ਲੱਕ ਵੀ ਰਿਹਾ ਗਾ ਜਿਹਦੇ ਕਰਕੇ ਨਹੀਂ ਹੋ ਸਕਿਆ, ਤੇ ਬਾਕੀ ਉੱਥੋਂ ਦਾ ਵੈਦਰ ਕਹਿ ਲਈਏ ਰੇਸ ਦੇ ਲਈ ਮੈਨੂੰ ਬਹੁਤ ਪਰਫੈਕਟ ਲੱਗਿਆ। ਤੇ ਜਦੋਂ ਤੁਸੀਂ ਓਲੰਪਿਕ ਪਿੰਡ ਹੁੰਦਾ ਹਨਾ, ਕਿ ਅਸੀਂ ਕਾਫੀ ਸੁਣਿਆ, ਉਹਦੇ ਵਿੱਚ ਕੀ ਮਾਹੌਲ ਹੁੰਦਾ? ਸਭ ਤੋਂ ਦੁਨੀਆ ਦੇ ਵੱਡੇ ਸਟਾਰ ਪਲੇਅਰ ਉੱਥੇ ਰਹਿੰਦੇ ਆ, ਤੁਹਾਨੂੰ ਵੀ ਮਿਲਣ ਦਾ ਮੌਕਾ ਮਿਲਿਆ ਹੋਊਗਾ ਓਲੰਪਿਕ ਪਿੰਡ ਬਾਰੇ, ਦੱਸੋ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ, ਸਿਕਿਉਰਿਟੀ ਕਿਸ ਤਰ੍ਹਾਂ ਦੀ ਹੁੰਦੀ ਆ, ਖਾਣ ਪੀਣ ਨੂੰ ਕੀ ਹੁੰਦਾ, ਮਾਹੌਲ ਕੀ ਹੁੰਦਾ ਉਹ ਪਿੰਡ ਦੇ ਵਿੱਚ? ਹਾਂਜੀ ਹਾਂਜੀ,
ਉਹ ਜਿੱਦਾਂ ਜਿਹੜੀਆਂ ਓਲੰਪਿਕ ਆ ਇਹ ਇੱਕ ਦੇਸ਼ ਨੂੰ ਨਹੀਂ ਇੱਕ ਸ਼ਹਿਰ ਨੂੰ ਦਿੱਤੀਆਂ ਜਾਂਦੀਆਂ ਹੁੰਦੀਆਂ ਜਿੱਦਾਂ ਪਿਛਲੀ ਵਾਰ ਟੋਕੀਓ ਦੀਆਂ ਸੀਗੀਆਂ ਉਸ ਤੋਂ ਪਹਿਲਾਂ ਰੀਓ ਲੰਡਨ ਤੇ ਇਸ ਵਾਰ ਪੈਰਿਸ ਮਤਲਬ ਕਿ ਇੱਕ ਸ਼ਹਿਰ ਨੂੰ ਓਲੰਪਿਕਸ ਦਿੱਤੀਆਂ ਜਾਂਦੀਆਂ ਨੇ ਤੇ ਉਹ ਆਪਣੇ ਬਜਟ ਦੇ ਹਿਸਾਬ ਨਾਲ ਜਾਂ ਜੋ ਵੀ ਉਹਨਾਂ ਦਾ ਹੁੰਦਾ ਇੱਕ ਸ਼ਹਿਰ ਤਿਆਰ ਕਰਦੇ ਨੇ ਮਤਲਬ ਕਿ ਇੱਕ ਵਿਲੇਜ ਦੇ ਰੂਪ ਦੇ ਵਿੱਚ ਖਿਡਾਰੀਆਂ ਦੀ ਮਤਲਬ ਕਿ ਕਿੰਨੀ ਕਪੈਸਿਟੀ ਜਿੰਨੀ ਉਹਨਾਂ ਨੇ ਰੱਖਣੀ ਆ ਕਿੰਨੀ ਗਿਣਤੀ ਆ ਉਹਦੇ ਹਿਸਾਬ ਨਾਲ ਪੂਰੇ ਸਪੋਰਟਿੰਗ ਸਟਾਫ ਦੀ ਤੇ ਉਹ ਤਿਆਰ ਕਰਦੇ ਨੇ ਇੱਕ ਨਵੀਂ ਜਗ੍ਹਾ ਦੇ ਉੱਤੇ ਜਿਹੜਾ ਵਿਲੇਜ ਆ ਉਹ ਤਿਆਰ ਕੀਤਾ ਜਾਂਦਾ ਉੱਥੇ ਨਵੀਆਂ ਬਿਲਡਿੰਗਾਂ ਬਣਾਈਆਂ ਜਾਂਦੀਆਂ ਨੇ ਤੇ ਉੱਥੇ ਹੀ ਖਾਣ ਦਾ ਪ੍ਰਬੰਧ ਹੁੰਦਾ ਉਹਦੇ ਅੰਦਰ ਹੀ ਤੇ ਉਹਨੂੰ ਉਹਦੇ ਚਾਰ ਦੀਵਾਰੀ ਖਿੱਚੀ ਜਾਂਦੀ ਆ ਜਿਹਦੇ ਸਿਕਿਉਰਿਟੀ ਪੂਰੀ ਟਾਈਟ ਸਿਕਿਉਰਿਟੀ ਹੁੰਦੀ ਆ ਕਿਉਂਕਿ ਅੰਦਰ ਆ ਜਿਹੜੇ ਵਰਲਡ ਦੇ ਪੂਰੇ ਹਰ ਦੇਸ਼ ਦੇ ਆਪਣੇ ਸਭ ਤੋਂ ਟੌਪ ਦੇ ਪਲੇਅਰ ਉਹਦੇ ਵਿੱਚ ਹੁੰਦੇ ਆ ਤੇ ਉਹਦੇ ਪੂਰੀ ਸਿਕਿਉਰਿਟੀ ਹੁੰਦੀ ਆ ਤੇ ਉਹਦੇ ਅੰਦਰ ਬਿਲਡਿੰਗਾਂ ਬਣਾਈਆਂ ਜਾਂਦੀਆਂ ਨੇ ਰਹਿਣ ਵਾਸਤੇ ਤੇ ਹਰ ਬਿਲਡਿੰਗ ਉੱਦਾਂ ਇੱਕ ਦੇਸ਼ ਨੂੰ ਦਿੱਤੀ ਜਾਂਦੀ ਆ ਤੇ ਉਹਦੇ ਵਿੱਚ ਪਲੇਅਰ ਰਹਿੰਦੇ ਨੇ ਬਾਕੀ ਚਾਰ ਦੀਵਾਰੀ ਦੇ ਵਿੱਚ ਸੜਕਾਂ ਹੁੰਦੀਆਂ ਸਾਰੀਆਂ ਬਣਾਈਆਂ ਹੋਈਆਂ ਸਪੈਸ਼ਲ ਸਭ ਕੁਛ ਸਾਰਾ ਇਨਫਰਾਸਟ੍ਰਕਚਰ ਆ ਜਿਹੜਾ ਉਹ ਨਵਾਂ ਬਣਾਇਆ ਹੁੰਦਾ ਤੇ ਜਿਹੜੀ ਮੈਸ ਸੀਗੀ ਮੈਸ ਦੇ ਵਿੱਚ ਵੀ 20,000 ਦੇ ਲਗਭਗ ਸਬਜ਼ੀਆਂ ਸੀ ਬਣਾਈਆਂ ਗਈਆਂ ਹਰ ਦੇਸ਼ ਦੀ ਹਰ ਡਿਸ਼ ਬਣਾਈ ਗਈ ਸੀਗੀ ਤਾਂ ਕਿ ਕਿਸੇ ਨੂੰ ਖਾਣ ਪ੍ਰਤੀ ਜਾਂ ਕੋਈ ਵੀ ਪ੍ਰੋਬਲਮ ਨਾ ਆਵੇ ਤੁਹਾਨੂੰ ਇੰਡੀਅਨ ਵੀ ਮਤਲਬ ਖਾਣਾ ਮਿਲਦਾ ਰਿਹਾ ਹਾਂਜੀ ਉੱਥੇ ਇੰਡੀਅਨ ਖਾਣਾ ਵੀ ਹੈਗਾ ਸੀ ਮਤਲਬ ਕਿ ਏਸ਼ੀਅਨ ਇੱਕ ਲੌਂਚ ਸੀ ਬਣਿਆ ਹੋਇਆ ਏਸ਼ੀਆ ਦਾ ਫਰਾਂਸ ਦਾ ਹਰ ਮਤਲਬ ਕਿ ਨੌਰਥ ਅਮੈਰੀਕਾ ਸਾਰੀਆਂ ਕੰਟਰੀਆਂ ਦਾ ਅਲੱਗ ਅਲੱਗ ਫੂਡ ਵੀ ਵਿੱਚ ਪ੍ਰੋਵਾਈਡ ਕਰਵਾਇਆ ਮਤਲਬ ਬਹੁਤ ਔਖਾ ਹੈਗਾ ਓਲੰਪਿਕ ਮਤਲਬ ਕਰਵਾਉਣੀ ਮੇਜ਼ਬਾਨੀ ਕਰਨੀ ਹਾਂਜੀ ਕਾਫੀ ਔਖੀ ਆ ਮੇਜ਼ਬਾਨੀ ਕਰਨੀ ਕਹਿ ਲਓ ਵੀ ਕਾਫੀ ਔਖੀ ਹੈਗੀ ਤੇ ਕਹਿ ਲਓ ਪੱਕੀ ਤੱਕ ਇੰਡੀਆ ਨੇ ਕੀਤੀ ਨਹੀਂ ਹਾਂਜੀ ਹਾਂਜੀ 128 ਸਾਲਾਂ ਦੇ ਵਿੱਚ ਅੱਜ ਤੱਕ ਇੰਡੀਆ ਦੇ ਵਿੱਚ ਹੋਈਆਂ ਨਹੀਂ ਗੇਮਾਂ ਹੋਈਆਂ ਨਹੀਂ ਅੱਛਾ ਪਹਿਲਾਂ ਵੀ ਟੂਰਨਾਮੈਂਟ ਤੁਸੀਂ ਬਹੁਤ ਖੇਡੇ ਨਵਾਂ ਉੱਥੇ ਕੀ ਦੇਖਣ ਨੂੰ ਮਿਲਿਆ ਨਵਾਂ ਕੀ ਸਿੱਖਿਆ ਤੁਸੀਂ ਓਲੰਪਿਕ ਦੇ ਵਿੱਚੋਂ ਓਲੰਪਿਕ ਦੇ ਵਿੱਚੋਂ ਜੀ ਇੱਕ ਤਾਂ ਸ਼ੁਰੂ ਤੋਂ ਜਦੋਂ ਦੀ ਗੇਮ ਸਟਾਰਟ ਕਰੀ ਆ ਇੱਕ ਸੁਪਨਾ ਸੀ ਓਲੰਪਿਕ ਜਾਣ ਦਾ ਤੇ ਉਹ ਸੁਪਨਾ ਸੱਚ ਹੋਇਆ ਤੇ ਉੱਥੇ ਹੋਰ ਬਹੁਤ ਚੀਜ਼ਾਂ ਇੱਦਾਂ ਦੀਆਂ ਨਵੀਆਂ ਦੇਖੀਆਂ ਜੋ ਆਪਾਂ ਨੈਸ਼ਨਲ ਕੰਪੀਟੀਸ਼ਨਾਂ ਤੇ ਜਾਂ ਕਹਿ ਲਓ ਇੰਟਰਨੈਸ਼ਨਲ ਬਾਕੀ ਦੇ ਕੰਪੀਟੀਸ਼ਨਾਂ ਤੇ ਇਹ ਚੀਜ਼ਾਂ ਨਹੀਂ ਦੇਖਦੇ ਵੱਡੇ ਵੱਡੇ ਸਟਾਰ ਪਲੇਅਰਾਂ ਨੂੰ ਦੇਖਣਾ ਨੇੜਿਓਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਨੂੰ ਹੂ ਬਹੂ ਦੇਖਣਾ ਇਹ ਵੀ ਬਹੁਤ ਇੱਕ ਮੈਂ ਕਹਿ ਲਈ ਮੇਰੇ ਲਈ ਵੱਡੀ ਗੱਲ ਸੀ ਮਾਣ ਵਾਲੀ ਗੱਲ ਸੀ ਮੇਰੇ ਲਈ ਤੇ ਬਾਕੀ ਟੌਪ ਕਲਾਸ ਐਥਲੀਟਾਂ ਦੇ ਨਾਲ ਪਰਫਾਰਮ ਕਰਨਾ ਤੇ ਉਹ ਮਾਹੌਲ ਜਿਹੜਾ ਬਣਿਆ ਪਿਆ ਹੁੰਦਾ ਐਲਫਿਨ ਟਾਵਰ ਦੇ ਸਾਹਮਣੇ ਸਾਡੀ ਰੇਸ ਹੋਈ ਸੀ ਤੇ ਐਂ ਕਹਿ ਲਓ ਵੀ 500 ਮੀਟਰ ਦਾ ਜਿਹੜਾ ਸਾਡਾ ਘੇਰਾ ਸੀ ਜਿਹਦੇ ਵਿੱਚ ਅਸੀਂ ਦੌੜ ਰਹੇ ਸੀ ਉਹਦੇ ਆਸੇ ਪਾਸੇ ਖੜਨ ਨੂੰ ਜਗ੍ਹਾ ਤੱਕ ਨਹੀਂ ਸੀ ਇੰਨਾ ਕੁ ਕਰੇਜ਼ ਲੋਕਾਂ ਦੇ ਵਿੱਚ ਦੇਖਿਆ ਓਲੰਪਿਕ ਦੇ ਪ੍ਰਤੀ ਤੇ ਇਹ ਚੀਜ਼ਾਂ ਮਤਲਬ ਕਿ ਬਹੁਤ ਮੈਨੂੰ ਮੋਟੀਵੇਸ਼ਨ ਲੱਗੀਆਂ ਆਪਣੇ ਲਈ ਤੇ ਬਹੁਤ ਹੀ ਵਧੀਆ ਫੀਲ ਹੋਇਆ ਪਹਿਲਾਂ ਇਹ ਮਨ ਦੇ ਵਿੱਚ ਕਿ ਸਭ ਤੋਂ ਵੱਡਾ ਟੂਰਨਾਮੈਂਟ ਆ ਪਤਾ ਨਹੀਂ ਕਿਹੋ ਜਿਹਾ ਹੋਊਗਾ ਹੁਣ ਉਹ ਤੁਸੀਂ ਦੇਖ ਆਏ ਹੋ ਹੁਣ ਅਗਲੀ ਵਾਰ ਤੁਹਾਨੂੰ ਲੱਗਦਾ ਕਿ ਨੋਰਮਲ ਗੱਲ ਲੱਗੂਗੀ ਯਾਰ ਦੇਖ ਆਏ ਕੋਈ ਵੱਡੀ ਗੱਲ ਨਹੀਂ ਹਾਂਜੀ ਹਾਂਜੀ ਹੁਣ ਇੱਕ ਵਾਰੀ ਆਪਾਂ ਜਾ ਆਏ ਸਾਰਾ ਕੁਛ ਆਪਾਂ ਦੇਖਿਆ ਹੋਇਆ ਹੁਣ ਜਿਹੜੇ ਵੱਡੇ ਕੰਪੀਟੀਸ਼ਨ ਆਉਣਗੇ ਉਹਨਾਂ ਦੀ ਆਪਾਂ ਹੋਰ ਵੀ ਜ਼ਿਆਦਾ ਤਿਆਰੀ ਕਰਨੀ ਆ ਜਿੱਦਾਂ ਏਸ਼ੀਅਨ ਗੇਮਾਂ ਵਰਲਡ ਚੈਂਪੀਅਨਸ਼ਿਪ ਆ ਰਹੀਆਂ ਨੇ ਅਗਲੇ ਕੰਪੀਟੀਸ਼ਨ ਆ ਰਹੇ ਨੇ ਕਾਮਨਵੈਲਥ ਗੇਮਾਂ ਆਉਣੀਆਂ ਨੇ ਤੇ ਸਭ ਤੋਂ ਇੰਪੋਰਟੈਂਟ ਲਾਸ ਏਂਜਲਸ ਦੇ ਵਿੱਚ 2028 ਦੇ ਵਿੱਚ ਓਲੰਪਿਕ ਗੇਮਾਂ ਹੋਣੀਆਂ ਤੇ ਆਪਾਂ ਜਿਹੜਾ ਆਪਾਂ ਨੂੰ ਟਾਰਗੇਟ ਆ ਆਪਣਾ ਮੇਨ ਟਾਰਗੇਟ ਉਹੀ ਆ ਤੇ ਆਪਾਂ ਹੁਣ ਉਹਦੀ ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ ਉਹਦੀ ਤਿਆਰੀ ਹੁਣੇ ਤੋਂ ਬੈਠਤੀ ਹਾਂਜੀ ਉਹਦੀ ਤਿਆਰੀ ਹੁਣੇ ਤੋਂ ਬਸ ਸ਼ੁਰੂ ਕਰ ਦੇਣੀ ਆ ਕਿੰਨੀ ਉਮਰ ਆ ਹੁਣ ਤੁਹਾਡੀ ਮੇਰੀ ਹੁਣ 24 ਸਾਲ ਆ ਜੀ 24 ਸਾਲ ਦੀ ਉਮਰ 'ਚ ਤੁਸੀਂ ਓਲੰਪਿਕ ਜਾਏ ਕਦੋਂ ਸ਼ੁਰੂ ਕੀਤੀ ਸੀ ਇਹ ਜਿਹੜੀ ਤੁਹਾਡੀ ਤੁਹਾਡਾ ਇਵੈਂਟ ਆ ਜਿਹੜਾ ਤੁਸੀਂ ਰੇਸ ਆ ਜਿਹੜੀ ਤੁਸੀਂ ਕਿਉਂਕਿ ਪਿੰਡ 'ਚ ਆਪਾਂ ਖੜੇ ਹਾਂ ਇੱਥੇ ਤਾਂ ਅਥਲੈਟਿਕ ਦਾ ਕੋਈ ਮਾਹੌਲ ਹੀ ਹੈ ਨਹੀਂ ਗਾ ਕੋਈ ਗਰਾਊਂਡ ਹੈ ਨਹੀਂ ਤੁਹਾਡੇ ਪਿੰਡ ਦੇ ਵਿੱਚ ਨਿੱਕਾ ਜਿਹਾ ਪਿੰਡ ਆ ਨੇੜੇ ਤੇੜੇ ਵੀ ਕੋਈ ਗਰਾਊਂਡ ਹੈ ਨਹੀਂ ਕਦੋਂ ਤੁਸੀਂ ਸ਼ੁਰੂ ਕੀਤਾ ਤੇ 24 ਸਾਲ ਦੀ ਤੱਕ ਤੁਸੀਂ ਉਮਰ ਤੱਕ ਓਲੰਪਿਕ ਜਾਏ ਕਿੰਨੇ ਸਾਲਾਂ ਦਾ ਜਿਹੜਾ ਸਫ਼ਰ ਲੱਗਿਆ ਇੱਥੋਂ ਤੱਕ ਜਾਣ ਲਈ
ਹਾਂਜੀ, ਮੈਂ 2015 ਦੇ ਵਿੱਚ ਜਿਹੜੀ ਸਪੋਰਟਸ ਆ ਸ਼ੁਰੂ ਕੀਤੀ ਆ। ਉਸ ਤੋਂ ਬਾਅਦ ਇੱਦਾਂ ਹੀ ਮੈਂ ਸਪੋਰਟਸ ਕਰਦਾ ਕਰਦਾ ਅੱਗੇ ਦੀ ਅੱਗੇ ਮੈਂ ਵਾਕਿੰਗ ਦੇ ਵਿੱਚ ਆਇਆ, ਅਤੇ ਵਾਕਿੰਗ ਦੇ ਵਿੱਚੋਂ ਨੈਸ਼ਨਲ ਰਿਕਾਰਡ ਵੀ ਨੇ ਮੇਰੇ, ਯੂਨੀਅਰ ਨੈਸ਼ਨਲ ਰਿਕਾਰਡ ਕੀਤੇ, ਫਿਰ ਸੀਨੀਅਰ ਨੈਸ਼ਨਲ ਰਿਕਾਰਡ ਜਿੱਥੇ ਮੈਂ ਓਲੰਪਿਕ ਲਈ ਕੁਆਲੀਫਾਈ ਕੀਤਾ। ਅਤੇ ਕਾਫ਼ੀ ਕਹਿ ਲਓ ਵੀ ਲੰਮਾ ਸਮਾਂ ਲੱਗ ਗਿਆ, ਵੀ ਘੱਟੋ ਘੱਟ 9 ਸਾਲ ਆ ਜਿਹੜੇ ਮੈਨੂੰ ਇੱਥੇ ਓਲੰਪਿਕ ਖੇਡਣ ਤੱਕ ਲੱਗ ਗਏ। ਵੱਡੀ ਗੱਲ ਹੈ, ਮੈਨੂੰ ਲੱਗਦਾ ਕਿ 9 ਸਾਲਾਂ ਦੇ ਵਿੱਚ ਤੁਸੀਂ ਓਲੰਪਿਕ ਖੇਡ ਕੇ ਅੱਜ ਜੇ ਕੋਈ ਸੁਪਨਾ ਦੇਖਣਾ ਚਾਹੂਗਾ, ਅੱਜ ਕੋਈ ਪਲੇਅਰ ਦੇਖ ਲੇ ਕਿ ਯਾਰ ਮੈਂ 2032 ਦੀਆਂ ਜਾਂ 2036 ਦੀਆਂ ਓਲੰਪਿਕ ਦੇ ਵਿੱਚ ਜਾਣਾ, ਤਾਂ ਮੈਨੂੰ ਲੱਗਦਾ ਕਿ ਔਖਾ ਕੰਮ ਹੈ ਇਹ। ਹਾਂਜੀ, ਪਰ ਕੰਮ ਤਾਂ ਔਖਾ ਗਾ ਕਹਿ ਲਓ, ਪਰ ਜਦੋਂ ਕੋਈ ਸੰਭਵ ਮਿਹਨਤ ਕਰਦਾ ਗਾ ਤਾਂ ਸੰਭਵ ਹੋ ਹੀ ਜਾਂਦਾ ਗਾ ਜੀ, ਕੋਈ ਇੱਕ ਲਗਨ ਨਾਲ। ਜਦੋਂ ਤੁਸੀਂ ਕਹਿੰਦੇ ਕਿ 9 ਸਾਲ ਲੱਗੇ, ਮੈਨੂੰ ਲੱਗਦਾ ਵੀ 9 ਸਾਲ ਵੀ ਠੀਕ ਹੈ, ਤੁਸੀਂ ਜਾ ਵੜੇ ਉੱਥੇ ਤੱਕ ਓਲੰਪਿਕ ਤੱਕ, 9 ਸਾਲਾਂ 'ਚ ਜਾ ਵੜੇ, ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਤੁਹਾਡੇ ਲਈ। ਹਾਂਜੀ, ਚਲੋ 9 ਸਾਲ, ਕਈਆਂ ਨੂੰ 20-20 ਸਾਲ ਲੱਗ ਗਏ ਹੋਣ, ਨਹੀਂ ਆਇਆ ਜਾਂਦਾ ਹਰ ਇੱਕ ਤੋਂ। ਹਾਂਜੀ ਹਾਂਜੀ, ਚਲੋ ਇਹ ਤਾਂ ਵੀ ਕਿਸਮਤ ਆ, ਜਾਂ ਕਹਿ ਲਈਏ ਵੀ ਆਪਾਂ ਦਿਨ ਰਾਤ ਜਿਹੜੀ ਮਿਹਨਤ ਕਰਦੇ ਹਾਂ ਇਸੇ ਲਈ ਕਰਦੇ ਹਾਂ। ਚਲੋ ਆਪਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਆਪਾਂ ਨੂੰ ਉਹ ਚੀਜ਼ ਆਪਣੇ ਟਾਈਮ ਟੂ ਟਾਈਮ ਮਿਲੀ ਹੈਗੀ ਜੀ। ਤੇ ਹਾਂਜੀ, ਤੁਸੀਂ ਪੰਜਾਬ ਦੇ ਵਿੱਚੋਂ 2 ਅਥਲੀਟ ਸੀ ਜਿਹੜੇ ਓਲੰਪਿਕ ਦੇ ਵਿੱਚ ਗਏ ਹੋ, ਕਿ ਤੁਸੀਂ ਸੀਗੇ ਅਕਸ਼ਦੀਪ ਕਾਨੇਕੇ ਤੇ ਇੱਕ ਤੇਂਦਰਪਾਲ ਤੂਰ, ਸਿਰਫ ਪੰਜਾਬ 'ਚ 2 ਗਏ ਹੋ, ਇੰਡੀਆ ਦੇ ਵਿੱਚੋਂ 30 ਗਏ ਹੋ, 142 ਕਰੋੜ ਦੀ ਆਬਾਦੀ ਹੈ, ਸਿਰਫ 30 ਅਥਲੀਟ ਗਏ ਹੋ, ਬਹੁਤ ਵੱਡੀ ਗੱਲ ਹੈ, ਬਹੁਤ ਮਾਣ ਵਾਲੀ ਗੱਲ ਹੈ ਵੀ ਤੁਹਾਡੇ ਲਈ। ਤੇ ਤੁਹਾਨੂੰ ਕੀ ਲੱਗਦਾ ਕਿ ਇੰਡੀਆ ਦੇ ਵਿੱਚੋਂ ਹੋਰ ਅਥਲੀਟ ਜੇਕਰ ਪੈਦਾ ਕਰਨੇ ਆ, ਪੰਜਾਬ 'ਚ ਹੋਰ ਅਥਲੀਟ ਪੈਦਾ ਕਰਨੇ ਆ, ਤਾਂ ਕੀ ਕੁਛ ਕਰਨ ਦੀ ਲੋੜ ਆ? ਸਹਿਯੋਗ ਸਰਕਾਰਾਂ ਨੂੰ, ਆਪਾਂ ਕਹਿ ਦਿੰਦੇ ਹਰ ਵਾਰ ਕਿ ਸਰਕਾਰਾਂ ਨੇ ਕੁਛ ਕਰਦੀਆਂ, ਸਰਕਾਰਾਂ ਦਾ ਕਿੰਨਾ ਕੁ ਯੋਗਦਾਨ ਹੋਊਗਾ, ਲੋਕਾਂ ਦਾ ਕਿੰਨਾ ਕੁ ਯੋਗਦਾਨ ਹੋਊਗਾ? ਕਿਉਂਕਿ ਜਿਹੜੀ ਲੋਕਾਂ ਦੇ ਵਿੱਚ ਇੱਕ ਮਾਹੌਲ ਹੁੰਦਾ, ਜੋ ਕੰਮ ਲੋਕ ਚਾਹੁੰਦੇ ਹੁੰਦੇ ਆ, ਉਹੀ ਸਰਕਾਰਾਂ ਕਰਦੀਆਂ ਹੁੰਦੀਆਂ। ਕੀ ਲੱਗਦਾ, ਜੇ ਵੱਧ ਅਥਲੀਟ ਪੈਦਾ ਕਰਨੇ ਆ, ਓਲੰਪਿਕ 'ਚ ਮੈਡਲ ਲੈਣੇ ਆ, ਪੰਜਾਬ 'ਚ ਪਲੇਅਰ ਪੈਦਾ ਕਰਨੇ ਆ, ਤਾਂ ਕੀ ਕੁਛ ਕਰਨਾ ਚਾਹੀਦਾ ਲੋਕਾਂ ਨੂੰ ਤੇ ਸਰਕਾਰ ਨੂੰ? ਹਾਂਜੀ, ਆਪਾਂ ਜੇ ਕਹਿ ਲਈਏ ਵੀ ਇਕੱਲੀਆਂ ਸਰਕਾਰਾਂ ਤੇ ਜਾਂ ਜ਼ਿੰਮੇਵਾਰੀ ਸਿੱਟ ਕੇ ਵੀ ਕੰਮ ਠੀਕ ਨਹੀਂ ਆਉਣਾ ਜੀ, ਕਿਉਂਕਿ ਹੁਣ ਤੁਸੀਂ ਦੇਖ ਲਓ ਵੀ ਹੁਣ ਤੱਕ ਜਿੰਨੀ ਕੁ ਵੀ ਮੈਨੂੰ ਹੈਲਪ ਹੋਈ ਆ ਸਰਕਾਰਾਂ ਨੇ, ਵੀ ਮਤਲਬ ਕਿ ਹੋਈ ਹੈਗੀ। ਚਲੋ ਆਪਾਂ ਇੱਕ ਵਿਸ਼ੇ ਤੇ ਗੱਲ ਸ਼ੁਰੂ ਕੀਤੀ, ਆਪਾਂ ਕਰਦੇ ਹਾਂ ਵੀ ਲੋਕਾਂ ਨੂੰ ਵੀ ਇਹ ਜ਼ਿੰਮੇਵਾਰੀ ਆ ਜਿਹੜੀ ਨਿਭਾਉਣੀ ਪੈਣੀ ਆ, ਕਿਉਂਕਿ ਸਰਕਾਰਾਂ ਸਿਰਫ ਕਹਿ ਲਈਏ ਮਾਹੌਲ ਸਿਰਜ ਸਕਦੀਆਂ, ਜਿੱਦਾਂ ਖੇਡਾਂ ਵਤਨ ਪੰਜਾਬ ਦੀਆਂ ਹੁੰਦੀਆਂ ਨੇ, ਹੋਰ ਸਟੇਟ ਟੂਰਨਾਮੈਂਟ ਹੁੰਦੇ ਨੇ, ਟੂਰਨਾਮੈਂਟ ਬਹੁਤ ਸਾਰੇ ਹੁੰਦੇ ਨੇ, ਪਰ ਜੇ ਬੱਚਿਆਂ ਨੂੰ ਪੇਰੈਂਟਸ ਗਰਾਊਂਡਾਂ ਦੇ ਵਿੱਚ ਭੇਜਣਗੇ ਹੀ ਨਹੀਂ, ਜਾਂ ਫਿਰ ਪਿੱਛੇ ਆ ਕੇ ਦੇਖਣਗੇ ਨਹੀਂ ਵੀ ਗਰਾਊਂਡਾਂ ਦੇ ਵਿੱਚ ਕੀ ਕਰ ਰਿਹਾ, ਆਪ ਉਹ ਚੀਜ਼ ਨੂੰ ਸਮਝਣਗੇ ਨਹੀਂ, ਅਵੇਅਰ ਨਹੀਂ ਹੋਣਗੇ, ਤਾਂ ਫਿਰ ਇਕੱਲਾ ਸਰਕਾਰਾਂ ਵੀ ਕੁਛ ਨਹੀਂ ਕਰ ਸਕਦੀਆਂ, ਕੋਈ ਵੀ ਕੋਈ ਕੋਚ ਨਹੀਂ ਕੁਛ ਕਰ ਸਕਦਾ, ਇਕੱਲੇ ਗਰਾਊਂਡ ਵੀ ਕੁਛ ਨਹੀਂ ਕਰ ਸਕਦੇ। ਲੋਕਾਂ 'ਚ ਮਾਹੌਲ ਹੋਣਾ ਚਾਹੀਦਾ। ਹਾਂਜੀ, ਲੋਕਾਂ 'ਚ ਮਾਹੌਲ ਹੋਣਾ ਵੀ ਜ਼ਰੂਰੀ ਆ, ਲੋਕਾਂ 'ਚ ਉਤਸ਼ਾਹ ਹੋਣਾ ਜ਼ਰੂਰੀ ਆ, ਇਹ ਚੀਜ਼ਾਂ ਦਾ ਪਤਾ ਲੱਗਣਾ ਜ਼ਰੂਰੀ ਆ, ਕਿਉਂਕਿ ਲੋਕ ਇਹਨਾਂ ਚੀਜ਼ਾਂ 'ਚ ਇੰਟਰਸਟ ਦਿਖਾਉਂਦੇ ਹੀ ਨਹੀਂ ਹੈਗੇ, ਤੇ ਫਿਰ ਕਹਿੰਦੇ ਆ ਵੀ ਪੰਜਾਬ ਦੀ ਪੀੜ੍ਹੀ ਖਰਾਬ ਹੋ ਗਈ, ਨਸ਼ਿਆਂ 'ਚ ਜਾ ਰਹੀ ਆ। ਹੁਣ ਚਲੋ ਨਸ਼ਿਆਂ 'ਚ ਜਾਣ ਵੇਲੇ ਤਾਂ ਹਰੇਕ ਮੁੱਦਾ ਚੱਕ ਲੈਂਦਾ, ਹੁਣ ਪੰਜਾਬ ਦੇ ਕਿੰਨੇ ਓਲੰਪੀਅਨ ਜਾ ਕੇ ਆਏ ਨੇ, ਕੌਣ ਕੌਣ ਖੇਡ ਕੇ ਆਇਆ, ਇਹ ਕਿੰਨੇ ਕੁ ਲੋਕਾਂ ਨੂੰ ਪਤਾ? ਬਿਲਕੁਲ ਬਹੁਤ ਘੱਟ ਲੋਕਾਂ ਨੂੰ ਪਤਾ। ਹਾਲਾਂਕਿ ਬੁਰਾਈ ਨੂੰ ਮੂਹਰੇ ਕਰਨ ਬਹੁਤ ਵੱਡੇ ਇਕੱਠ ਹੋ ਜਾਂਦੇ ਆ, ਤੁਸੀਂ ਦੇਖੀ ਆ ਕਿੱਡੇ ਕਿੱਡੇ ਇਕੱਠ ਹੋ ਜਾਂਦੇ ਆ, ਰੈਲੀਆਂ ਹੋਣ ਲੱਗ ਜਾਂਦੀਆਂ। ਜੇ ਹੁਣ ਕੋਈ ਚੰਗੀ ਚੀਜ਼ ਨਿਕਲ ਕੇ ਮੂਹਰੇ ਆ ਰਹੀ ਆ, ਉਹਨੂੰ ਲੋਕ ਪ੍ਰਮੋਟ ਫਿਰ ਕਿਉਂ ਨਹੀਂ ਕਰ ਰਹੇ? ਬਿਲਕੁਲ, ਜੇ ਉਹ ਅਸਲ ਦੇ ਵਿੱਚ ਹੀ ਨਸ਼ੇ ਦੇ ਖਿਲਾਫ ਨੇ ਜਾਂ ਇਹ ਚੀਜ਼ਾਂ ਦੇ ਖਿਲਾਫ ਨੇ, ਤਾਂ ਹੁਣ ਉਹ ਕਿਉਂਕਿ ਨਸ਼ੇ ਨੂੰ ਸਨਮਾਨ ਬਣਦਾ ਦੇਣਾ ਚਾਹੀਦਾ, ਕਿਉਂਕਿ ਜੀ ਓਲੰਪਿਕ ਲੋਕਾਂ ਨੂੰ ਨਹੀਂ ਪਤਾ ਕਿ ਓਲੰਪਿਕ ਕੀ ਆ, ਵਿੱਚ ਕਹਿੰਦੇ ਯਾਰ ਮੈਡਲ ਤਾਂ ਆਇਆ ਨਹੀਂ, ਇਹ ਓਲੰਪਿਕ 'ਚੋਂ ਮੈਡਲ ਲੈਣਾ ਕੋਈ ਸੌਖਾ ਥੋੜ੍ਹਾ ਆ, ਮੈਡਲ ਤਾਂ ਇੱਕ ਲੋਕਾਂ ਨੂੰ ਇਹ ਲੱਗਦਾ ਕਿ ਜੇ ਮੈਂ ਜ਼ਿਲ੍ਹੇ 'ਚੋਂ ਮੈਡਲ ਜਿੱਤ ਲਿਆ ਉਵੇਂ ਓਲੰਪਿਕ ਜਿੱਤ ਲੈਣਾ। ਹਾਂਜੀ ਹਾਂਜੀ, ਓਲੰਪਿਕ ਦੇ ਵਿੱਚੋਂ ਤਾਂ ਮੈਡਲ ਸਦੀਆਂ ਲੱਗ ਜਾਂਦੀਆਂ, ਆਪਣੇ ਕੋਲ 128 ਸਾਲਾਂ ਦੇ ਇਤਿਹਾਸ 'ਚ ਸਿਰਫ 10 ਗੋਲਡ ਮੈਡਲ ਆ, 8 ਹਾਕੀ 'ਚ 2 ਜਿਹੜੇ ਇੰਡੀਵਿਜੁਅਲ ਲੱਗੇ, ਹਾਂਜੀ ਹਾਂਜੀ, ਰਵਿੰਦਰਾ ਨੇ ਤੇ ਨੀਰਜ ਚੋਪੜਾ ਦਾ। ਵੀ ਐਡੀ ਵੱਡੀ, ਇੰਨਾ ਔਖਾ ਗਾ, 142 ਕਰੋੜ ਦੀ ਆਬਾਦੀ ਆ, 142 ਕਰੋੜ ਦੀ ਆਬਾਦੀ 'ਚੋਂ ਸਿਰਫ ਜੇਕਰ ਆਪਾਂ ਗੱਲ ਕਰੀਏ ਤਾਂ ਐਤਕੀ ਕੋਈ ਵੀ ਗੋਲਡ ਮੈਡਲ ਨਹੀਂ ਜਿੱਤ ਸਕਿਆ ਸਾਡਾ ਕੋਈ ਵੀ ਥਰੀਡ, ਇੰਨੀਆਂ ਔਖੀਆਂ ਇੰਨੀਆਂ ਟਫ ਖੇਡਾਂ ਹੁੰਦੀਆਂ ਓਲੰਪਿਕ ਦੇ, ਉੱਥੇ ਜਾਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ, ਉੱਥੇ ਮੈਡਲ ਜਿੱਤਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਆ।
ਬਈ ਅਸੀਂ ਵੀ ਕਵਰ ਕੀਤੀਆਂ ਓਲੰਪਿਕ ਤੇ ਲੋਕਾਂ ਦਾ ਇੰਨਾ ਇੰਟਰਸਟ ਨਹੀਂ ਹੁੰਦਾ, ਤੁਹਾਨੂੰ ਵੇਖ ਕੇ ਕੀ ਕਹਿੰਦੇ ਆ ਲੋਕ, ਜਿਵੇਂ ਤੁਸੀਂ ਇੱਕ ਓਲੰਪੀਅਨ ਹੋ, ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਲਗਭਗ ਓਲੰਪੀਅਨ ਬਣਦਾ, 142 ਕਰੋੜ ਦੀ ਵਰਦੀ ਹੈ ਤੇ 117 ਹੀ ਗਏ ਐਤਕੀ, 1 ਕਰੋੜ ਤੋਂ ਵੀ ਉੱਪਰ ਮਤਲਬ 125 ਕਰੋੜ ਪਿੱਛੇ ਇੱਕ ਓਲੰਪੀਅਨ ਬਣਦਾ, ਐਡੀ ਵੱਡੀ ਗੱਲ ਆ। ਲੋਕ ਤੁਹਾਨੂੰ ਜਦੋਂ ਮਿਲਦੇ ਆ ਲੋਕ ਕੀ ਕਹਿੰਦੇ ਹੈਗੇ? ਲੋਕ ਜੀ ਕਾਫੀ ਮਿਲਦੇ ਆ, ਕਾਫੀ ਚੰਗੇ ਲੋਕ ਨੇ ਜਿਹੜੇ, ਕਾਫੀ ਥੋੜੇ ਨੇ ਪਰ ਚੰਗੇ ਲੋਕ ਜਿਹੜੇ ਇਹ ਚੀਜ਼ਾਂ ਵੱਲ ਜਾਣਦੇ ਆ, ਜਾਣਦੇ ਨੇ, ਮਤਲਬ ਕਿ ਜਾਣਨਾ ਚਾਹੁੰਦੇ ਨੇ, ਬਹੁਤ ਘੱਟ ਨੇ। ਤੁਸੀਂ ਹੁਣ ਖੁਦ ਆਈ ਦੇਖ ਲਓ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ 128 ਸਾਲਾਂ ਦਾ ਓਲੰਪਿਕ ਦਾ ਇਤਿਹਾਸ ਆ ਤੇ ਸਿਰਫ ਵੀ ਇੱਕ ਹੀ ਪਲੇਅਰ ਹੋਇਆ, ਉਹ ਠੀਕ ਹੈ ਓਲੰਪੀਅਨ ਬਣਿਆ, ਹਨਾ। ਚਲੋ ਮੈਨੂੰ ਠੀਕ ਆ ਵੀ ਮਾਣ ਵਾਲੀ ਗੱਲ ਆ, ਪਰ ਇਹ ਗੱਲ ਦਾ ਦੁੱਖ ਵੀ ਆ ਵੀ ਲੋਕ ਆਪਣੇ ਬਰਨਾਲੇ ਜ਼ਿਲ੍ਹੇ 'ਚ ਕਿੰਨੇ ਪਿੰਡ ਨੇ, ਕੋਈ ਨਸ਼ੇ ਵਾਲੀ ਕੋਈ ਏਦਾਂ ਦੀ ਕੋਈ ਗੱਲ ਹੋਵੇ ਜਾਂ ਕੁਛ ਹੋਰ ਹੋਵੇ, ਹਰ ਲੋਕਾਂ ਨੂੰ ਹਰੇਕ ਘਰ ਘਰ 'ਚ ਨਸ਼ਾ ਤੇ, ਪਰ ਚੰਗੀ ਚੀਜ਼ ਲੋਕ ਕਿੰਨੀ ਕੁ ਪ੍ਰਮੋਟ ਕਰ ਰਹੇ ਨੇ ਕਿ ਜਿਹੜੇ ਜਿਹਨੂੰ ਦੇਖ ਕੇ ਉਹਨਾਂ ਦੇ ਬੱਚਿਆਂ 'ਚ ਉਤਸ਼ਾਹ ਆਵੇ, ਉਹਨਾਂ ਦੇ ਬੱਚੇ ਸਪੋਰਟਸ ਵੱਲ ਲਾਉਣ। ਬਰਨਾਲੇ ਜ਼ਿਲ੍ਹੇ 'ਚ ਦੇਖ ਲਓ ਹੁਣ ਤੱਕ ਕੋਈ ਓਲੰਪੀਅਨ ਨਹੀਂ ਸੀਗਾ, ਲੋਕਾਂ ਦਾ ਸਿਰਫ ਮਾੜੇ ਕੰਮਾਂ ਵਾਲੀ ਧਿਆਨ ਆ, ਮਾੜੇ ਕੰਮਾਂ ਨੂੰ ਹੀ ਉਹ ਉੱਪਰ ਚੱਕ ਰਹੇ ਨੇ, ਚੰਗੀਆਂ ਚੀਜ਼ਾਂ ਨੂੰ ਕੋਈ ਪ੍ਰਮੋਟ ਕਿਉਂ ਨਹੀਂ ਕਰ ਰਹੇ ਉਹ, ਤੇ ਫਿਰ ਇਹਦੇ 'ਚ ਹੁਣ ਗਲਤੀ ਕਿਹਦੀ ਆ? ਤੇ ਕਿਉਂਕਿ ਹੁਣ ਪਲੇਅਰ ਨੂੰ ਗਰਾਊਂਡ ਤੱਕ ਲਿਆਉਣਾ ਤੇ ਇਹ ਤਾਂ ਹੁਣ ਮਾਪਿਆਂ ਦੇ ਹੱਥਾਂ, ਮੈਂ ਸਮਝਦਾ ਵੀ ਉਹ ਲੈ ਕੇ ਜਾਣ। ਹੁਣ ਆਪਾਂ ਕਹਿ ਦਈਏ ਕੋਈ ਹੋਰ, ਆਪਾਂ ਪਿੰਡ ਦੇ ਵਿੱਚ ਆਪਣੇ ਸਵੀਲਾਂ ਲੱਗਦੀਆਂ ਨੇ ਜਾਂ ਹੋਰ ਕੁਛ ਹੁੰਦਾ ਗਾ, ਉੱਥੇ ਬਥੇਰੇ ਪੈਸੇ ਇਕੱਠੇ ਹੋ ਜਾਂਦੇ ਆ, ਬਥੇਰੀਆਂ ਸਵੀਲਾਂ ਵੀ ਲੱਗ ਜਾਂਦੀਆਂ, ਪਰ ਕਈ ਪਿੰਡ ਇਹੋ ਜਿਹੇ ਜਿਹਨਾਂ 'ਚ ਗਰਾਊਂਡ ਹੈ ਨਹੀਂ, ਗੁਰਦੁਆਰੇ ਹਰੇਕ ਪਿੰਡ 'ਚ ਦੋ ਦੋ ਤਿੰਨ ਤਿੰਨ ਨੇ, ਤੇ ਮਤਲਬ ਕਿ ਉੱਥੇ ਕਿਹੜਾ ਫਿਰ ਸਰਕਾਰਾਂ ਯੋਗਦਾਨ ਦਿੰਦੀਆਂ ਨੇ? ਗਰਾਊਂਡ ਵੀ ਕਹਿ ਲਈਏ ਵੀ ਉਨੀ ਜ਼ਰੂਰੀ ਆ ਇੱਕ ਚੰਗਾ ਪੰਜਾਬ ਬਣਾਉਣ ਲਈ, ਪੁਰਾਣਾ ਪੰਜਾਬ ਬਣਾਉਣ ਲਈ, ਕਿਉਂਕਿ ਤੁਸੀਂ ਇਤਿਹਾਸ ਦੇ ਵਿੱਚ ਹੀ ਦੇਖ ਲਓ, ਗੁਰੂ ਸਾਹਿਬ ਆਪ ਮਤਲਬ ਕਿ ਕੁਸ਼ਤੀ ਦੇ ਪਹਿਲਵਾਨੀ ਦੇ ਜਿਹੜੇ ਕਹਿੰਦੇ ਵੀ ਸਿੰਝਾਂ ਕਰਵਾਉਂਦੇ ਰਹੇ ਨੇ, ਤੇ ਉਹ ਚੀਜ਼ਾਂ ਨੂੰ ਵੀ ਖੇਡਾਂ ਦੀ ਉਹਨੂੰ ਉਨੀ ਤਵੱਜੋ ਦਿੰਦੇ ਰਹੇ ਨੇ, ਇਤਿਹਾਸ ਦੇ ਵਿੱਚ ਉਨੀ ਤਵੱਜੋ ਆਉਂਦੀ ਰਹੀ ਆ। ਤੁਸੀਂ ਦੇਖ ਲਓ ਮਹਾਰਾਜ ਰਣਜੀਤ ਸਿੰਘ ਵੀ ਖੇਡਾਂ ਕਰਾਇਆ ਕਰਦੇ ਸਨ, ਜਿਹਦੇ ਵਿੱਚ ਹਰੀ ਸਿੰਘ ਨਲੂਆ ਜੀ ਨੇ ਆਪਣਾ ਜੌਹਰ ਦਿਖਾਇਆ ਸੀ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਪਛਾਣਿਆ ਗਿਆ ਸੀ। ਬਲਕਿ ਉਸ ਪੰਜਾਬ ਦੇ ਨਾਲ ਉਹ ਜਿਹਨਾਂ ਗੋਲਡਨ ਪੀਰੀਅਡ ਕਿਹਾ ਜਾਂਦਾ ਉਹਦੇ ਵਿੱਚ ਵੀ ਖੇਡਾਂ ਉਨਾ ਹੀ ਮਹੱਤਵਪੂਰਨ ਸੀ ਜਿੰਨਾ ਕਿ ਆਪਾਂ ਗੁਰਬਾਣੀ, ਆਪਾਂ ਗੁਰਦੁਆਰੇ ਜਾਣਾ ਜਾਂ ਨਿਤਨੇਮ ਕਰਨਾ ਕਹਿ ਲਈਏ, ਤੇ ਸਾਰੀਆਂ ਚੀਜ਼ਾਂ ਨੂੰ ਇੱਕ ਸਾਰ ਕਰਕੇ ਸਵੇਰੇ ਨਿਤਨੇਮ ਵੀ ਕਰਨਾ, ਗੁਰਦੁਆਰਾ ਸਾਹਿਬ ਵੀ ਜਾਣਾ, ਹੋਰ ਵੀ ਆਪਣੀ ਪਾਠ ਪੂਜਾ ਜੋ ਵੀ ਕਰਨੀ, ਤੇ ਨਾਲ ਨਾਲ ਖੇਡਾਂ ਨੂੰ ਵੀ ਬਰਾਬਰ ਤਵੱਜੋ ਦੇਣੀ, ਤਾਂ ਹੀ ਇੱਕ ਚੰਗਾ ਪੰਜਾਬ ਆਪਾਂ ਸਿਰਜ ਸਕਦੇ ਹਾਂ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕਹਿ ਲਈਏ ਵੀ ਨਸ਼ਿਆਂ ਤੋਂ ਬਚਾ ਸਕਦੇ ਹਾਂ। ਤਾਂ ਬਈ ਬਹੁਤ ਸੋਹਣੇ ਵਿਚਾਰ ਆ ਤੁਹਾਡੇ। ਇੱਕ ਸਪੋਰਟਸਮੈਨ ਹੁੰਦਾ ਜਿਹੜਾ, ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਆ? ਤੁਸੀਂ ਕਿੰਨਾ ਐਕਟਿਵ ਰਹਿੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਸਵੇਰੇ ਜਲਦੀ ਉੱਠਦੇ ਹੋਵੋਗੇ, ਨਸ਼ਾ ਕੋਈ ਕਰਦੇ ਨਹੀਂ, ਮਾੜੀ ਚੀਜ਼ ਕੋਈ ਖਾਂਦੇ ਨਹੀਂ, ਚੰਗੀ ਖੁਰਾਕ ਖਾਣੀ ਆ, ਚੰਗਾ ਚੰਗੇ ਲੋਕਾਂ 'ਚ ਰਹਿਣਾ, ਵੱਡੇ ਅਥਲੀਟਾਂ 'ਚ ਰਹਿਣਾ, ਕਿਸ ਤਰ੍ਹਾਂ ਦੀ ਜ਼ਿੰਦਗੀ ਆ ਤੁਹਾਡੀ? ਸਪੋਰਟਸਮੈਨ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਆ? ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ, ਕੀ ਕੁਛ ਖਾਣ 'ਤੇ ਕੰਟਰੋਲ ਕਰਨਾ ਪੈਂਦਾ? ਹਾਂਜੀ, ਜਿੱਦਾਂ ਸਵੇਰੇ ਅਸੀਂ ਜਿੱਦਾਂ ਵੀ ਅਸੀਂ ਸਾਡਾ ਪ੍ਰੈਕਟਿਸ ਚੱਲਦੀ ਆ ਤੇ ਅਸੀਂ ਲਗਭਗ ਵੀ 4:30-5 ਵਜੇ ਉੱਠ ਕੇ ਆਪਣਾ ਗਰਾਊਂਡ ਲਈ ਤਿਆਰ ਹੁੰਦੇ ਹਾਂ, ਫਿਰ ਗਰਾਊਂਡ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਆ ਕੇ ਆਪਣਾ ਰੈਸਟ ਕਰਦੇ ਹਾਂ ਤੇ ਗਰਾਊਂਡ ਦੇ ਵਿੱਚ ਸਾਡਾ ਡੇਲੀ ਲਗਭਗ ਜੇ ਕਹਿ ਲਈਏ ਸਵੇਰੇ ਸ਼ਾਮ ਦਾ ਵਰਕਆਊਟ 20-25 ਕਿਲੋਮੀਟਰ ਅਸੀਂ ਡੇਲੀ ਸ਼ਾਮ ਤੱਕ ਸਵੇਰੇ ਤੇ ਸ਼ਾਮ ਦਾ ਮਿਲਾ ਕੇ ਸਾਡਾ 20-25-30 ਕਿਲੋਮੀਟਰ ਤੱਕ ਵੀ ਹੋ ਜਾਂਦਾ ਗਾ ਤੇ ਉਸ ਤੋਂ ਬਾਅਦ ਅਸੀਂ ਰੈਸਟ ਕਰਨੀ ਹੈ, ਫਿਰ ਆਪਦਾ ਖਾਣਾ ਜਿਹੜਾ ਸਾਨੂੰ ਦਿੱਤਾ ਜਾਂਦਾ ਵਧੀਆ ਖਾਣਾ ਦਿੱਤਾ ਜਾਂਦਾ, ਇੱਕ ਸਪੈਸ਼ਲ ਡਾਈਟ ਮਿਲਦੀ ਆ, ਉਹ ਅਸੀਂ ਖਾਂਦੇ ਹਾਂ ਤੇ ਆਪਣੀ ਰੈਸਟ ਕਰਦੇ ਹਾਂ ਤੇ ਬਾਕੀ ਹੋਰ ਜਿਹੜੇ ਆਪਣੇ ਨਿੱਜੀ ਕੰਮ ਨੇਗੇ ਆਪਣਾ ਪੜ੍ਹਾਈ ਦਾ ਸਟੱਡੀ ਦਾ ਹੋ ਗਿਆ, ਥੋੜਾ ਬਹੁਤ ਕੋਈ ਬੁੱਕਸ ਪੜ੍ਹਨੀਆਂ ਵੇਖਣੇ, ਯਾਰਾਂ ਦੋਸਤਾਂ 'ਚ ਬਹਿਣਾ, ਉਹ ਛੱਡਣਾ ਪੈਂਦਾ? ਹਾਂਜੀ, ਉਹ ਚੀਜ਼ਾਂ ਤਾਂ ਛੱਡੀਆਂ ਹੋਈਆਂ ਕਿਉਂਕਿ ਕੈਂਪ ਦੇ ਵਿੱਚ ਅਸੀਂ ਰਹਿੰਦੇ ਹਾਂ, ਆਪਣਾ ਡੇਲੀ ਦਾ ਰੂਟੀਨ ਆ ਜਿਹੜਾ ਉਸੇ ਤਰ੍ਹਾਂ ਹੀ ਚੱਲਦਾ, ਉਹਦੇ ਵਿੱਚ ਆਪਾਂ ਇਹ ਇੱਦਾਂ ਦੇ ਪ੍ਰੋਗਰਾਮ ਆ ਜਿਹੜੇ ਉਹ ਅਟੈਂਡ ਨਹੀਂ ਕਰ ਪਾਉਂਦੇ। ਅੱਛਾ, ਇੱਕ ਓਲੰਪੀਅਨ ਬਣਨ ਦੇ ਲਈ
ਕਿਉਂਕਿ ਪਹਿਲਾਂ ਤੁਸੀਂ ਜ਼ਿਲ੍ਹਾ ਜਿੱਤਣਾ ਹੁੰਦਾ, ਫਿਰ ਤੁਸੀਂ ਸਟੇਟ ਜਿੱਤਣੀ ਹੁੰਦੀ ਹੈ, ਫਿਰ ਨੈਸ਼ਨਲ ਜਿੱਤਣੀ ਹੁੰਦੀ ਆ, ਫਿਰ ਕਿਤੇ ਜਾ ਕੇ ਓਲੰਪੀਅਨ ਬਣਿਆ ਜਾਂਦਾ। ਕਿਹੜੇ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪੈਂਦਾ ਕਿ ਬੰਦਾ ਓਲੰਪਿਕ ਤੱਕ ਪਹੁੰਚੇ? ਕੀ ਸ਼ਡਿਊਲ, ਕੀ ਮੈਰਿਟ ਬਣਦੀ ਹੈਗੀ? 206 ਦੇਸ ਆ, 206 ਦੇਸਾਂ ਦੇ ਵਿੱਚ ਕਿੰਨੇ ਪਲੇਅਰ ਖੇਡਦੇ ਆ, ਕਿੰਨੇ ਦੇਸਾਂ ਨੂੰ ਓਲੰਪਿਕ ਦੀ ਟਿਕਟ ਮਿਲਦੀ ਆ, ਕੀ ਪ੍ਰੋਸੈਸ ਕੀ ਹੁੰਦਾ ਓਲੰਪਿਕ ਤੱਕ ਪਹੁੰਚਣ ਦਾ? ਹਾਂਜੀ, ਓਲੰਪਿਕ ਦੀ ਜਿੱਦਾਂ ਪਹਿਲਾਂ ਆਪਾਂ ਡਿਸਟ੍ਰਿਕਟ ਵਗੈਰਾ ਜਦੋਂ ਸਟਾਰਟਿੰਗ ਕਰਦੇ ਹਾਂ, ਡਿਸਟ੍ਰਿਕਟ ਵਗੈਰਾ ਖੇਡਦੇ ਹਾਂ, ਸਟੇਟ ਖੇਡਦੇ ਹਾਂ, ਫਿਰ ਨੈਸ਼ਨਲ ਗੇਮਾਂ ਜੂਨੀਅਰ ਤੋਂ ਸੀਨੀਅਰ ਆਉਣੇ ਆ, ਉਸ ਤੋਂ ਬਾਅਦ ਜੀ ਇਹਦੇ ਮਤਲਬ ਕਿ ਹਰ ਗੇਮ ਦੀ ਇੱਕ ਕਹਿ ਲਈਏ ਵੀ ਕੁਆਲੀਫਿਕੇਸ਼ਨ ਰੱਖੀ ਵੀ ਹੁੰਦੀ ਆ, ਤੇ ਉਹ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਹੀ ਇੱਕ ਕੋਟਾ ਪ੍ਰੋਸੈਸਿੰਗ ਹੁੰਦਾ, ਤੇ ਜਿੱਦਾਂ ਹਰੇਕ ਅਥਲੈਟਿਕਸ ਦੇ ਵਿੱਚ ਜਿੰਨੇ ਇਵੈਂਟ ਨੇ ਉਹਨਾਂ ਦਾ ਅਲੱਗ ਅਲੱਗ ਕੋਟਾ, ਕਿਸੇ ਦੇ ਵਿੱਚ 32 ਆ, ਕਿਸੇ ਦੇ ਵਿੱਚ 48 ਦਾ ਕੋਟਾ ਗਾ, ਹਰੇਕ ਇਵੈਂਟ ਦੇ ਵਿੱਚ ਇੱਦਾਂ ਕੋਟਾ ਰੱਖਿਆ ਜਾਂਦਾ ਵਰਲਡ ਲੈਵਲ ਤੇ, ਕਿ ਵਰਲਡ ਲੈਵਲ ਰੈਂਕਿੰਗ ਦੇ ਵਿੱਚ ਜਿੰਨੇ ਪਹਿਲੇ 48 ਪਲੇਅਰ ਆਉਣਗੇ ਉਹੀ ਓਲੰਪਿਕ ਖੇਡਰ ਖੇਡਦੇ ਨੇ, ਤੇ ਇਸ ਤਰ੍ਹਾਂ ਕੋਟਾ ਸਿਸਟਮ ਦੇ ਨਾਲ ਆਪਾਂ ਇੱਕ ਐਂਟਰੀ ਸਿਸਟਮ ਹੁੰਦਾ ਕਿ ਉਹ ਆਪਾਂ ਜਿਹੜੀ ਟਾਈਮਿੰਗ ਆ ਹਰੇਕ ਇਵੈਂਟ ਦੀ ਇੱਕ ਟਾਈਮਿੰਗ ਹੁੰਦੀ ਆ, ਉਹ ਟਾਈਮਿੰਗ ਤੋਂ ਜਦੋਂ ਵਧੀਆ ਟਾਈਮ ਆਪਣਾ ਆਉਂਦਾ ਗਾ ਤੇ ਆਪਣਾ ਉਹਦੇ ਵਿੱਚ ਓਲੰਪਿਕ ਦੇ ਲਈ ਨਾਮ ਆ ਜਿਹੜਾ ਉਹ ਆ ਜਾਂਦਾ, ਤੇ ਉਥੋਂ ਹੀ ਓਲੰਪਿਕ ਦੀ ਚੋਣ ਹੁੰਦੀ ਹੈ ਫਿਰ ਓਲੰਪਿਕ ਖੇਡਦੇ। ਸੌਖਾ ਨਹੀਂ ਹੈਗਾ ਕੰਮ ਓਲੰਪਿਕ ਖੇਡਣਾ? ਹਾਂਜੀ ਹਾਂਜੀ, ਸੌਖਾ ਤਾਂ ਨਹੀਂ ਆਪਾਂ ਕਹਿ ਸਕਦੇ ਵੀ, ਬਹੁਤ ਆਪਾਂ ਹੁਣ ਤਾਂ ਗੱਲਾਂ ਕਰੀਏ ਵੀ ਬਹੁਤ ਮਿਹਨਤ ਲੱਗਦੀ ਆ, ਤੁਹਾਨੂੰ ਵੀ ਇਹ ਗੱਲ ਦਾ ਪਤਾ ਹਨਾ, ਤੇ ਅਸੀਂ ਵੀ, ਮੇਰਾ ਤਜਰਬਾ ਹੀ ਦੇਖ ਲਓ ਖੁਦ, 9 ਸਾਲ ਮੈਨੂੰ ਹੋ ਗਏ ਪ੍ਰੈਕਟਿਸ ਕਰਦੇ ਨੂੰ, ਫਿਰ ਕਿਤੇ ਜਾ ਕੇ ਇਹ ਖੇਡਣ ਦਾ ਆਪਾਂ ਨੂੰ ਮੌਕਾ ਮਿਲਿਆ। ਅਕਸ਼ਦੀਪ ਨੂੰ ਕਦੋਂ ਪਤਾ ਲੱਗ ਗਿਆ ਸੀਗਾ ਕਿ ਇੱਕ ਓਲੰਪਿਕ ਟੂਰਨਾਮੈਂਟ ਵੀ ਹੁੰਦਾ ਦੁਨੀਆ ਦਾ ਸਭ ਤੋਂ ਵੱਡਾ, ਉਹਦੇ ਵਿੱਚ ਮੈਂ ਜਾਣਾ, ਇਹ ਕਦੋਂ ਸੋਚਿਆ ਸੀ? ਇੱਕ ਪਿੰਡ 'ਚ ਬਹਿ ਕੇ, ਇੱਕ ਮੈਂ ਦੇਖਿਆ ਕਿ ਨੋਰਮਲ ਪਰਿਵਾਰ ਆ ਤੁਹਾਡਾ, ਦੂਰ ਦੂਰ ਤੱਕ ਖੇਡਾਂ ਦਾ ਵਾਸਤਾ ਨਹੀਂ ਹੈਗਾ ਆਪਣਾ, ਤੁਸੀਂ ਕਦੋਂ ਸੋਚ ਲਿਆ ਸੀਗਾ ਕਿ ਓਲੰਪਿਕ 'ਚ ਜਾਣਾ, ਕਦੋਂ ਮਨ ਦੇ ਵਿੱਚ ਇਹ ਖਿਆਲ ਆਇਆ? ਮੈਂ ਜੀ 2016 ਦੇ ਮਤਲਬ ਕਿ 16 ਦੇ ਵਿੱਚ ਜਦੋਂ ਓਲੰਪਿਕ ਹੋਈਆਂ ਸੀ ਰੀਓ ਦੇ ਵਿੱਚ, ਉਹਨਾਂ ਬਾਰੇ ਥੋੜ੍ਹਾ ਬਹੁਤਾ ਅਖਬਾਰ ਦੇ ਵਿੱਚ ਪੜ੍ਹਿਆ ਸੀਗਾ, ਤੇ ਮੈਂ ਖੁਦ ਫਿਰ ਟੀਵੀ ਦੇ ਉੱਤੇ ਵੀ, ਕਿਉਂਕਿ ਮੈਂ ਉਸ ਟਾਈਮ ਖੇਡਦਾ ਹੁੰਦਾ ਸੀ, ਦੌੜ ਲਗਾਉਂਦਾ ਹੁੰਦਾ ਸੀ, ਤੇ ਉਸ ਟਾਈਮ ਟੀਵੀ ਦੇ ਉੱਤੇ ਵੀ ਇਹ ਗੇਮਾਂ ਦੇਖੀਆਂ ਸੀ, ਤੇ ਉਸ ਤੋਂ ਹੀ ਮੈਨੂੰ ਜਿੱਦਾਂ ਕਵਰੇਜ ਹੁੰਦੀ ਆ ਤੁਹਾਡੀ, ਮੀਡੀਆ ਕਵਰ ਕਰਦਾ, ਤੇ ਉਹਨਾਂ ਨੂੰ ਅੱਗੇ ਮੈਡਲ ਮਿਲੇ, ਫਿਰ ਉਹਨਾਂ ਦੀ ਵਾਹ ਵਾਹ ਹੋਈ ਅਖਬਾਰਾਂ 'ਚ, ਖਬਰਾਂ ਆਉਣੀਆਂ, ਪਲੇਅਰਾਂ ਦੇ ਇਸ਼ਤਿਹਾਰ ਲੱਗਣੇ ਤੇ ਬਾਇਓਗ੍ਰਾਫੀ ਸਾਰਾ ਕੁਝ ਆਉਂਦਾ, ਤੇ ਉਹ ਚੀਜ਼ਾਂ ਨੇ ਮੈਨੂੰ ਮੋਟੀਵੇਟ ਕੀਤਾ ਤੇ ਮੈਨੂੰ ਓਲੰਪਿਕ ਖੇਡਾਂ ਬਾਰੇ। 2016 ਦੇ ਵਿੱਚ ਤੁਸੀਂ ਖੇਡਾਂ ਜਦੋਂ ਹੋਈਆਂ ਸੀਗੀਆਂ, ਉਦੋਂ ਤੁਸੀਂ ਮੀਡੀਆ ਕਵਰੇਜ ਦੇਖ ਕੇ ਮਨ 'ਚ ਖਿਆਲ ਆਇਆ ਕਿ ਓਲੰਪਿਕ 'ਚ ਜਾਣਾ? ਹਾਂਜੀ ਹਾਂਜੀ, ਉਦੋਂ ਰੀਓ ਦੇ ਵਿੱਚ ਜਦੋਂ ਗੇਮਾਂ ਹੋਈਆਂ ਸੀ ਤਾਂ ਉਦੋਂ ਮੈਨੂੰ, ਮੇਰੇ ਮਨ 'ਚ ਖਿਆਲ ਆਇਆ ਸੀ ਵੀ ਮੈਂ ਸਪੋਰਟਸ ਕਰਦਾ ਤੇ ਮੇਰਾ ਟਾਰਗੇਟ ਵੀ ਜ਼ਿੰਦਗੀ ਦਾ ਇਹੀ ਆ ਕਿ ਮੈਂ ਵੀ ਓਲੰਪਿਕ ਜਿੱਤ ਕੇ ਆਉਣੀ ਆ ਜਾਂ ਓਲੰਪਿਕ ਜਾਣਾ। ਕੀ ਬਾਤ ਹੈ, ਲੱਗਦਾ ਕਿ ਇਹ ਵੀ ਇੱਕ ਫਰਕ ਹੈਗਾ ਕਿ ਜੇਕਰ ਸਾਰੀਆਂ ਖੇਡਾਂ ਨੂੰ ਮੀਡੀਆ ਦੀ ਕਵਰੇਜ ਵੱਧ ਤੋਂ ਵੱਧ ਮਿਲੇ, ਲੋਕਾਂ ਦੇ ਵਿੱਚ ਇਹ ਗੱਲ ਜਾਵੇ ਕਿ ਯਾਰ ਵਾਕਈ ਸਟਾਰ ਆ, ਤਾਂ ਹੋਰ ਤੁਹਾਨੂੰ ਲੱਗਦਾ ਕਿ ਨੌਜਵਾਨ ਆ ਸਕਦੇ ਖੇਡਾਂ ਵਾਲੇ ਪਾਸੇ? ਹਾਂਜੀ ਹਾਂਜੀ, ਜਿੱਦਾਂ ਕਿ ਮੀਡੀਆ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਤੁਸੀਂ ਆਪ ਹੀ ਦੇਖੋ ਵੀ ਕਾਫੀ ਟਾਈਮ ਪਹਿਲਾਂ ਤਾਂ ਕ੍ਰਿਕਟ ਵੀ ਇੰਨੀ ਉਹ ਨਹੀਂ ਸੀ, ਫੇਮਸ ਗੇਮ ਨਹੀਂ ਸੀ, ਜਦੋਂ ਦਾ ਮੀਡੀਆ ਦਾ ਸਪੋਰਟ ਮਿਲੀ ਆ, ਹੋਰ IPL ਵਗੈਰਾ ਹੋਣ ਲੱਗੇ ਨੇ ਜਿਹਦੇ ਕਰਕੇ ਹਾਈਪ ਮਿਲੀ ਆ ਇਹਨੂੰ, ਤੇ ਮੀਡੀਆ ਕਵਰੇਜ ਵਧੀ ਆ, ਜਿਸ ਤੋਂ ਬਾਅਦ ਕ੍ਰਿਕਟ ਦਾ ਇੱਕ ਵੱਖਰੇ ਇੰਡੀਆ ਦੇ ਵਿੱਚ ਜਨੂੰਨ ਦੇਖਿਆ ਜਾਂਦਾ। ਜੇ ਉਸੇ ਤਰ੍ਹਾਂ ਹੀ ਬਾਕੀ ਖੇਡਾਂ ਦਾ ਵੀ, ਜਿੱਦਾਂ ਹਾਕੀ ਆਪਣੀ ਆਪਣੀ ਖੇਡ ਆ, ਤੇ ਉਸਨੂੰ ਵੀ ਇੱਦਾਂ ਦੇ ਮੀਡੀਆ ਕਵਰੇਜ ਦਿੱਤੀ ਜਾਵੇ, ਤੇ ਨਾਲ ਦੀ ਨਾਲ, ਹਾਂਜੀ, ਨਾਲ ਦੀ ਨਾਲ ਹੋਰ ਵੀ ਸਾਰੀਆਂ ਗੇਮਾਂ ਦੇ ਵਿੱਚ ਜਿਹ 'ਚ ਵੱਖਰੇ ਵੱਖਰੀਆਂ ਗੇਮਾਂ 'ਚ ਕੋਈ ਵਧੀਆ ਕਰਦੇ ਨੇਗੇ, ਉੱਭਰ ਕੇ ਆਉਂਦੇ ਨੇ ਪਲੇਅਰ, ਤਾਂ ਉਹਨਾਂ ਦੀ ਬਾਇਓਗ੍ਰਾਫੀ ਵਗੈਰਾ ਦਿਖਾਈ ਜਾਵੇ, ਕਿਉਂਕਿ ਸਾਰੇ ਲਗਭਗ ਪਲੇਅਰ ਸਿੰਪਲ ਘਰਾਂ ਦੇ ਵਿੱਚੋਂ ਉੱਠੇ ਹੋਏ ਹੁੰਦੇ ਨੇ, ਤੇ ਇੱਦਾਂ ਦੀਆਂ ਜਿੱਦਾਂ ਸਟੋਰੀਆਂ ਲੋਕਾਂ ਦੇ ਸਾਹਮਣੇ ਆਉਣ ਤਾਂ ਬੱਚਿਆਂ ਨੂੰ ਹੋਰ ਮੋਟੀਵੇਸ਼ਨ ਮਿਲੇ, ਜਿਹੜੇ ਮਤਲਬ ਕਿ ਸਾਡੇ ਵਰਗੇ ਦਰਮਿਆਨੇ, ਆਪਣੇ ਵਰਗੇ ਦਰਮਿਆਨੇ ਘਰਾਂ 'ਚੋਂ ਉੱਠਦੇ ਨੇ ਪਲੇਅਰ, ਤੇ ਕਿ ਇਹ ਕਰ ਸਕਦੇ ਆ ਤਾਂ ਆਪਾਂ ਵੀ ਕਰ ਸਕਦੇ ਹਾਂ, ਤਾਂ ਇੱਦਾਂ ਮੋਟੀਵੇਸ਼ਨ ਦੇ ਨਾਲ ਬੱਚੇ ਹੋਰ ਵੀ ਮਤਲਬ ਕਿ ਸਪੋਰਟਸ ਦੇ ਵਿੱਚ ਆਉਣਗੇ, ਤੇ ਮੀਡੀਆ, ਮੈਂ ਸਮਝਦਾ ਵੀ ਮੀਡੀਆ ਦਾ ਬਹੁਤ ਵੱਡਾ ਯੋਗਦਾਨ
ਹੈਗਾ ਸਪੋਰਟਸ ਦੇ ਵਿੱਚ। ਜੀ ਜੀ, ਤਾਂ ਜਦੋਂ ਆਪਣੇ ਓਲੰਪੀਅਨ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ, ਪੀਐਮ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਸੱਦ ਕੇ ਐਪਰੀਸ਼ੀਏਸ਼ਨ ਦਿੱਤੀ ਆ, ਮਾਣ ਸਨਮਾਨ ਕੀਤਾ, ਉਹ ਕਿਵੇਂ ਸੀ, ਠੀਕ ਸੀ ਉਹ ਪ੍ਰੋਗਰਾਮ? ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਸੀਗਾ, ਅਤੇ ਹਾਲਾਂਕਿ ਸਾਨੂੰ ਓਲੰਪਿਕ ਜਾਣ ਤੋਂ ਪਹਿਲਾਂ ਵੀ ਇਨਾਮ ਰਾਸ਼ੀ ਦਿੱਤੀ ਗਈ, ਜਿਹੜੀ ਕਿ ਇੱਕ ਵੱਖਰੀ ਹੀ ਮੈਨੂੰ ਸਕੀਮ ਲੱਗੀ ਹੈਗੀ, ਬਹੁਤ ਵਧੀਆ ਸਕੀਮ ਲੱਗੀ ਆ ਕਿ ਓਲੰਪਿਕ ਜਾਣ ਤੋਂ ਪਹਿਲਾਂ ਵੀ ਇਨਾਮ ਰਾਸ਼ੀ ਦਿੱਤੀ ਗਈ ਆ, ਅਤੇ ਓਲੰਪਿਕ ਆਉਣ ਤੋਂ ਤੁਰੰਤ ਬਾਅਦ ਇੱਕ ਫੰਕਸ਼ਨ ਰੱਖ ਕੇ ਇੱਕ ਸਨਮਾਨਿਤ ਕੀਤਾ ਗਿਆ, ਜਿਹਦੇ ਨਾਲ ਇੱਕ ਪਲੇਅਰ ਦੀ ਸਿੱਧਾ ਸੀਐਮ ਨੂੰ ਮਿਲਦਾ ਗਾ ਆਪਣੀ ਸਟੇਟ ਦੇ ਨੂੰ, ਅਤੇ ਇੱਕ ਵੱਖਰੀ ਇਮੇਜ ਬਣਦੀ ਆ ਜਿਹੜੀ ਕਿ ਆਉਣ ਵਾਲੇ ਬੱਚਿਆਂ ਨੂੰ ਹੋਰ ਪ੍ਰਭਾਵਿਤ ਕਰਦੀ ਹੈ, ਅਤੇ ਖੁਦ ਨੂੰ ਵੀ ਇੱਕ ਖਿਡਾਰੀ ਨੂੰ ਵੀ ਇੱਕ ਇੰਟਰਨਲ ਮੋਟੀਵੇਸ਼ਨ ਮਿਲਦਾ ਗਾ। ਸੀਐਮ ਸਾਹਿਬ ਦੇ ਨਾਲ ਜਦੋਂ ਮਿਲੇ ਆ ਤੁਸੀਂ, ਸਨਮਾਨ ਤੁਹਾਡਾ ਹੋਇਆ, ਖੁਸ਼ੀ ਮਿਲੀ? ਹਾਂਜੀ, ਬਹੁਤ ਖੁਸ਼ੀ ਮਿਲੀ ਕਿ ਆਪਾਂ ਹੁਣੀ ਖੇਡ ਕੇ ਹਲੇ ਆਏ ਹਾਂ, ਅਤੇ ਤੁਰੰਤ ਬਾਅਦ ਇੱਕ ਫੰਕਸ਼ਨ ਰੱਖਿਆ ਗਿਆ ਬਹੁਤ ਵੱਡਾ, ਅਤੇ ਜਿਸ ਵਿੱਚ ਆਪਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ, ਆਪਣਾ ਨਾਮ ਸਟੇਜ 'ਤੇ ਬੋਲ ਰਹੇ ਨੇ, ਅਤੇ ਸੀਐਮ ਸਾਹਿਬ ਖੁਦ ਆ ਇਨਾਮ ਦੇ ਰਹੇ ਨੇ, ਅਤੇ ਮਤਲਬ ਕਿ ਬਹੁਤ ਵਧੀਆ ਲੱਗਿਆ, ਅਤੇ ਇੱਕ ਅੱਗੇ ਵਾਸਤੇ ਹੋਰ ਵਧੀਆ ਕਰਨ ਦੇ ਲਈ ਆਪਾਂ ਨੂੰ ਇੱਕ ਮੋਟੀਵੇਸ਼ਨ ਮਿਲੀ ਆ। ਜੀ, ਤਾਂ ਤੁਸੀਂ ਬਾਈ ਇੱਕ ਕਾਨੇ ਕਿ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦੇ ਹੋ, ਮੈਂ ਵੀ ਪਿੰਡ ਦੇ ਵਿੱਚ ਰਹਿੰਦਾ, ਤੁਸੀਂ ਵੀ ਪਿੰਡ ਦੇ ਵਿੱਚ ਰਹਿੰਦੇ ਹੋ, ਪਿੰਡ 'ਚ ਕਿਸ ਤਰ੍ਹਾਂ ਦਾ ਮਾਹੌਲ ਆ, ਪਿੰਡ ਦੇ ਬਜ਼ੁਰਗ, ਪਿੰਡ ਦੇ ਲੋਕ ਉਹ ਕਿੰਨਾ ਕੁ ਹੌਸਲਾ ਦਿੰਦੇ ਆ? ਬਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਓਲੰਪਿਕ ਖੇਡ ਕੇ ਆਇਆ, ਨਹੀਂ ਬਜ਼ੁਰਗ ਨੂੰ ਸਾਡੇ ਨੂੰ ਪਤਾ ਹੋਣਾ ਕਿ ਪਤਾ ਨਹੀਂ ਕੀ ਕਿੱਡਾ ਕੁ ਟੂਰਨਾਮੈਂਟ ਆ ਇਹ, ਅਤੇ ਪਿੰਡ ਦੇ ਵਿੱਚੋਂ ਸਪੋਰਟ ਕਿੰਨੀ ਕੁ ਮਿਲੀ ਆ? ਹਾਂਜੀ, ਪਿੰਡ 'ਚੋਂ ਸ਼ੁਰੂ ਤੋਂ ਮੈਨੂੰ ਕਾਫੀ ਸਪੋਰਟ ਮਿਲੀ ਆ, ਅਤੇ ਜਦੋਂ ਮੈਂ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਉਦੋਂ ਵੀ ਪਿੰਡ ਵਾਲਿਆਂ ਨੇ ਵਧੀਆ ਇੱਕ ਸਮਾਰੋਹ ਆਯੋਜਨ ਕੀਤਾ ਸੀ, ਅਤੇ ਹੁਣ ਵੀ ਇੱਕ ਵਧੀਆ ਮਤਲਬ ਕਿ ਪ੍ਰੋਗਰਾਮ ਕੀਤਾ ਅਤੇ ਸਨਮਾਨਿਤ ਕੀਤਾ, ਅਤੇ ਬਹੁਤ ਪਿੰਡ ਦੀ ਸਪੋਰਟ ਦੇਖ ਕੇ ਮੈਨੂੰ ਬਹੁਤ ਵਧੀਆ ਲੱਗੇ। ਹੁਣ ਵੀ ਆਪਾਂ ਪਿੰਡ ਦੇ ਤੁਹਾਡੇ ਗਰਾਊਂਡ ਦੇ ਵਿੱਚ ਖੜ੍ਹੇ ਹਾਂ, ਤੁਸੀਂ ਓਲੰਪਿਕ ਵੀ ਖੇਡ ਆਏ, ਦੁਨੀਆਂ ਦੇ ਵੱਡੇ ਟੂਰਨਾਮੈਂਟਾਂ 'ਤੇ ਖੇਡੇ ਹੋ, ਵੱਡੇ ਦੇਸ਼ ਘੁੰਮੇ ਆ, ਦਿੱਲੀ ਵਗੈਰਾ ਵੀ ਰਹੇ ਹੋ, ਜਦੋਂ ਪਿੰਡ ਰਹਿੰਦੇ ਹੋ, ਪਿੰਡ ਆਉਂਦੇ ਹੋ, ਪਿੰਡ ਆ ਕੇ ਕਿਵੇਂ ਲੱਗਦਾ? ਪਿੰਡ ਆ ਕੇ ਜੀ ਉਹੀ ਪੁਰਾਣੀਆਂ ਆਪਣੀਆਂ ਚੀਜ਼ਾਂ ਨਾਲ, ਜਿੱਥੇ ਆਪਣਾ ਬਚਪਨ ਬੀਤਿਆ ਉਹੀ ਪੁਰਾਣੀਆਂ ਗਲੀਆਂ, ਇਹੀ ਪੁਰਾਣਾ ਗਰਾਊਂਡ ਜਿੱਥੇ ਮੈਂ ਆਪ ਵੀ ਬਹੁਤ ਟਾਈਮ ਖੇਡਿਆ, ਅਤੇ ਵਧੀਆ ਲੱਗਦਾ ਜੀ ਇੱਕ ਆਪਾਂ ਦੁਬਾਰੇ ਇੱਕ ਨਵੀਂ ਦੁਨੀਆ ਦੇ ਵਿੱਚ ਮਤਲਬ ਕਿ ਲੱਗਦਾ ਵੀ ਪੁਰਾਣੀਆਂ ਯਾਦਾਂ ਦੇ ਵਿੱਚ ਆ ਜਾਂਦੇ ਹਾਂ, ਅਤੇ ਇੱਥੇ ਆ ਕੇ ਬਹੁਤ ਆਪਦੇ ਘਰ ਆ ਕੇ ਬਹੁਤ ਵਧੀਆ ਲੱਗਦਾ, ਘਰੇ ਹਾਂਜੀ ਸਕੂਨ ਮਿਲਦਾ। ਇਸੇ ਗਰਾਊਂਡ 'ਚ ਖੇਡਦੇ ਰਹੇ ਹੋ? ਹਾਂਜੀ, ਇਸੇ ਗਰਾਊਂਡ ਦੇ ਵਿੱਚ ਅਸੀਂ ਭੱਜਦੇ ਰਹੇ ਹਾਂ ਅਤੇ ਖੇਡਦੇ ਰਹੇ ਹਾਂ। ਇਸ ਗਰਾਊਂਡ ਨੇ ਇੱਕ ਓਲੰਪੀਅਨ ਦੇ ਤਾ, ਹਾਂਜੀ ਕਹਿ ਲਓ, ਕਹਿ ਸਕਦੇ ਹਾਂ ਜੀ ਇੱਦਾਂ ਜੀ। ਤਾਂ ਇਹਨਾਂ ਮੁੰਡਿਆਂ ਨੂੰ ਦੇਖ ਕੇ ਖੇਡਦੇ ਜਿਹੜੇ ਖੇਡੀ ਜਾਂਦੇ ਆ, ਲੱਗਦਾ ਤੁਹਾਨੂੰ ਕੋਈ ਵੀ ਆਪਣੇ ਪਿੰਡਾਂ 'ਚ ਵੀ ਟੈਲੈਂਟ ਵਗੈਰਾ ਬਹੁਤ ਆ, ਥੋੜ੍ਹੀ ਜਿਹੀ ਗਾਈਡੈਂਸ ਦੀ ਕਮੀ ਹੁੰਦੀ ਆ, ਕੋਚਿੰਗ ਦੀ ਕਮੀ ਹੁੰਦੀ ਆ, ਆਪਣੇ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕ੍ਰਿਕਟ ਅਤੇ ਕਬੱਡੀ ਤੋਂ ਬਿਨਾਂ ਹੋਰ ਵੀ ਖੇਡਾਂ ਹੈਗੀਆਂ ਨੇ, ਓਲੰਪਿਕ ਵੀ ਕੋਈ ਚੀਜ਼ ਆ, ਲੱਗਦਾ ਕਿ ਥੋੜ੍ਹੀ ਕਮੀ ਅਵੇਅਰਨੈਸ ਦੀ। ਹਾਂਜੀ, ਮੈਂ ਸਮਝਦਾ ਵੀ ਪਿੰਡਾਂ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈਗੀ ਅਤੇ ਅਵੇਅਰਨੈਸ ਦੀ ਬਹੁਤ ਕਮੀ ਆ, ਅਤੇ ਇਹਦੀ ਸਭ ਤੋਂ ਵੱਡੀ ਉਦਾਹਰਨ ਤੁਸੀਂ ਇੱਦਾਂ ਹੀ ਦੇਖ ਲਓ ਵੀ ਇੱਕ ਆਪਣਾ ਜੇ ਪਾਕਿਸਤਾਨ ਦਾ ਪਲੇਅਰ ਅਰਸ਼ਨ ਨਦੀਮ ਜੀ ਦਾ ਮੈਡਲ ਆਇਆ, ਬਹੁਤ ਹੀ ਘੱਟ ਸੰਸਾਧਨਾਂ ਦੇ ਬਦੌਲਤ, ਬਹੁਤ ਹੀ ਘੱਟ ਬਹੁਤ ਗਰੀਬੀ 'ਚ ਕਹਿ ਲਈਏ ਗਰੀਬੀ 'ਚ ਉੱਠ ਕੇ ਓਲੰਪਿਕ ਮੈਡਲ ਦੇ ਨਾਲ ਨਾਲ ਓਲੰਪਿਕ ਰਿਕਾਰਡ ਕਰਨਾ ਬਹੁਤ ਹੀ ਦੁਨੀਆ ਦੀ ਮਤਲਬ ਕਿ ਇੱਕ ਵੱਡੀ ਅਚੀਵਮੈਂਟ ਆ ਇਹ ਵਰਲਡ ਲੈਵਲ 'ਤੇ ਕਹਿ ਦਈਏ, ਅਤੇ ਇਸੇ ਦੇ ਮਤਲਬ ਕਿ ਇੱਕ ਐਗਜ਼ਾਮਪਲ ਆ ਵੀ ਪਿੰਡਾਂ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈਗੀ, ਇਕੱਲੀ ਅਵੇਅਰਨੈਸ ਦੀ ਅਤੇ ਆਪਣੇ ਮਾਂ ਪਿਓ ਦਾ ਥੋੜ੍ਹਾ ਜਿਹਾ ਜਿਹੜੀ ਗਾਈਡੈਂਸ ਆ ਗਈ ਉਹਨਾਂ ਦੇ, ਉਹ ਅਵੇਅਰ ਘੱਟ ਨੇ ਚੀਜ਼ਾਂ ਨੂੰ ਲੈ ਕੇ, ਉਹ ਘੱਟ ਸਮਝਦੇ ਨੇ, ਤਾਂ ਅਵੇਅਰਨੈਸ ਦੀ ਕਹਿ ਲਈ ਉਹ ਕਮੀ ਆ ਵੀ ਟੈਲੈਂਟ ਦੀ ਕੋਈ ਕਮੀ ਹੈ ਨਹੀਂ। ਅਖੀਰ ਦੇ ਵਿੱਚ ਕੀ ਕਹੋਗੇ ਪੰਜਾਬੀਆਂ ਨੂੰ, ਕਿਉਂਕਿ ਤੁਸੀਂ ਓਲੰਪੀਅਨ ਬਣੇ ਹੋ, ਪੰਜਾਬ ਦੇ ਵਿੱਚ ਕੀ ਸਮਾਂ ਸੀਗਾ ਜਦੋਂ ਖੇਡਾਂ ਦੇ ਵਿੱਚ ਸਾਡੀ ਤੂਤੀ ਬੋਲਦੀ ਹੁੰਦੀ ਸੀ? 2001 ਤੱਕ ਅਸੀਂ ਨੈਸ਼ਨਲ ਖੇਡਾਂ ਦੇ ਵਿੱਚ ਪਹਿਲੇ ਸਥਾਨ 'ਤੇ ਆਉਂਦੇ ਰਹੇ ਹਾਂ, ਹੁਣ ਥੋੜ੍ਹਾ ਜਿਹਾ ਸਮਾਂ ਘਟਿਆ, ਇੱਕ ਤਾਂ ਆਈਲੈਟਸ ਦਾ ਟ੍ਰੈਂਡ ਹੋਇਆ, ਇੱਕ ਨਸ਼ਿਆਂ ਦਾ ਅਟੈਕ ਲੱਗ ਗਿਆ ਪੰਜਾਬ 'ਤੇ, ਕੀ ਕਹੋਗੇ ਪੰਜਾਬੀਆਂ ਨੂੰ ਜੇਕਰ ਆਪਾਂ ਹੋਰ ਵੀ ਓਲੰਪੀਅਨ ਪੈਦਾ ਕਰਨੇ, ਜੇ ਖੇਡਾਂ 'ਚ ਫਿਰ ਅੱਗੇ ਆਉਣਾ ਤਾਂ ਕੀ ਕੁਛ ਕਰਨਾ ਚਾਹੀਦਾ, ਅਪੀਲ ਕੀ ਹੈ ਤੁਹਾਡੇ ਵੱਲੋਂ? ਮੇਰੇ ਵੱਲੋਂ ਤਾਂ ਜੀ ਸਭ ਤੋਂ ਵੱਡੀ ਅਪੀਲ ਇਹੀ ਆ ਵੀ
ਆਪਾਂ ਇਕੱਲੀਆਂ ਸਰਕਾਰਾਂ 'ਤੇ ਜਾਂ ਕਿਸੇ ਹੋਰ ਮੁੱਦਿਆਂ 'ਤੇ ਇਹ ਚੀਜ਼ਾਂ ਸਿੱਟ ਕੇ ਉਹਨਾਂ 'ਤੇ ਜ਼ਿੰਮੇਵਾਰੀਆਂ ਸਿੱਟ ਕੇ ਇਕੱਲੀਆਂ ਆਲੋਚਨਾ ਕਰਕੇ ਵੀ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਨਹੀਂ ਬਣਾ ਸਕਦੇ। ਹਰੇਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ, ਹਰੇਕ ਪਰਿਵਾਰ ਨੂੰ। ਅਤੇ ਜਿੱਦਾਂ ਆਪਾਂ ਹੋਰ ਵੀ ਬਹੁਤ ਮੇਲੇ ਚੱਲਦੇ ਰਹਿੰਦੇ ਨੇ ਅਤੇ ਕਹਿੰਦੇ ਵੀ ਪੰਜਾਬ ਮੇਲਿਆਂ ਦਾ ਤਿਉਹਾਰ ਆ, ਉਸ ਤਰ੍ਹਾਂ ਆਪਾਂ ਨੂੰ ਉਹ ਮੇਲਿਆਂ ਨੂੰ ਖੇਡਾਂ ਦੇ ਮੇਲਿਆਂ ਵਿੱਚ ਪਰਿਵਰਤਨ ਕਰਨਾ ਪਊਗਾ। ਆਪਣੇ ਪਿੰਡਾਂ ਦੇ ਗਰਾਊਂਡ ਨੇ ਜਿਹੜੇ, ਆਪ ਵੀ ਜਿੰਨਾ ਹੋ ਸਕਦਾ ਉਨੀ ਸਪੋਰਟ ਦੇ ਨਾਲ, ਪਿੰਡ ਦੇ ਸਹਿਯੋਗ ਦੇ ਨਾਲ ਆਪਦੇ ਗਰਾਊਂਡ ਤਿਆਰ ਕਰਨੇ ਪੈਣਗੇ। ਅਤੇ ਜਿਹੜਾ ਵੀ ਪਲੇਅਰ ਗਰਾਊਂਡ ਦੇ ਵਿੱਚੋਂ ਨਿਕਲ ਰਿਹਾ ਉਹਨੂੰ ਪਿੰਡ ਵੱਲੋਂ, ਸਭ ਤੋਂ ਪਹਿਲਾਂ ਪਿੰਡ ਵੱਲੋਂ ਸਪੋਰਟ ਹੋਣੀ ਜ਼ਰੂਰੀ ਆ। ਬਾਕੀ ਉਹਨੂੰ ਚੀਜ਼ਾਂ ਬਾਅਦ ਦੇ ਵਿੱਚੋਂ ਇਫੈਕਟ ਕਰਦੀਆਂ ਨੇ। ਪਹਿਲਾਂ ਪਿੰਡ ਵਾਲਿਆਂ ਦਾ ਅਤੇ ਆਪਦੇ ਘਰਦਿਆਂ ਦਾ ਅਵੇਅਰਨੈਸ ਅਤੇ ਉਹਨਾਂ ਦੀ ਸਪੋਰਟ ਦੀ ਬਹੁਤ ਲੋੜ ਆ ਜੀ। ਹੁਣ ਅੱਗੇ ਕਿਹੜੇ ਵੱਡੇ ਟੂਰਨਾਮੈਂਟ ਆ ਰਹੇ, ਅੱਗੇ ਕੀ ਤਿਆਰੀ ਹੈ ਤੁਹਾਡੀ, ਅੱਗੇ ਟੀਚਾ ਕੀ ਹੈ? ਅੱਗੇ ਹੁਣ ਜੀ ਅਗਲੇ ਸਾਲ ਵਰਲਡ ਚੈਂਪੀਅਨਸ਼ਿਪ ਆ ਰਹੀ ਹੈ ਜੋ ਟੋਕੀਓ ਦੇ ਵਿੱਚ ਆ, ਉਸ ਤੋਂ ਬਾਅਦ ਏਸ਼ੀਅਨ ਗੇਮਾਂ ਨੇ ਅਤੇ ਕਾਮਨਵੈਲਥ ਗੇਮਾਂ ਨੇ, ਅਤੇ ਕਾਮਨਵੈਲਥ ਗੇਮਾਂ ਆਸਟ੍ਰੇਲੀਆ ਦੇ ਵਿੱਚ ਆ, ਏਸ਼ੀਅਨ ਗੇਮਾਂ ਜਪਾਨ ਦੇ ਵਿੱਚ ਨੇ, ਅਤੇ ਉਸ ਤੋਂ ਬਾਅਦ ਫਿਰ 2028 ਦੇ ਵਿੱਚ ਓਲੰਪਿਕਸ ਜਿਹੜੀ ਲਾਸ ਏਂਜਲਸ USA ਦੇ ਵਿੱਚ ਹੋਣੀ ਆ। ਅਤੇ ਇਹ ਮੇਰੇ ਅਗਲੇ ਵੱਡੇ ਟੂਰਨਾਮੈਂਟ ਨੇ ਜਿਨ੍ਹਾਂ ਦੀ ਮੈਂ ਤਿਆਰੀ ਹੁਣ ਤੋਂ ਸਟਾਰਟ ਕਰ ਸਕਦਾ ਕਿ ਹੁਣ ਮੈਡਲ ਆਊ? ਹਾਂਜੀ ਜ਼ਰੂਰ, ਮੈਂ ਹੁਣੇ 4 ਸਾਲ ਹਲੇ ਆਪਣੇ ਕੋਲ ਹੈਗੇ ਨੇ ਅਤੇ ਮੈਂ ਆਪਣੀ ਪੂਰੀ 200% ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਅਤੇ ਆਪਣਾ ਪੂਰਾ ਵਕਤ ਆ ਜਿਹੜਾ ਹੁਣ ਨਾਲੋਂ ਵੀ ਜ਼ਿਆਦਾ ਅਤੇ ਮੈਂ ਫੋਕਸ ਦੇ ਨਾਲ ਤਿਆਰੀ ਕਰੂੰਗਾ ਅਤੇ ਜ਼ਰੂਰ ਮੈਡਲ ਦੇ ਲਈ ਮੈਂ ਪ੍ਰੈਕਟਿਸ ਕਰੂੰਗਾ। ਜੀ ਜੀ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਚੰਗਾ ਲੱਗਿਆ ਮਿਲ ਕੇ। ਤੁਸੀਂ ਸਾਡੇ ਬਰਨਾਲੇ ਜ਼ਿਲ੍ਹੇ ਦੇ, ਮੈਂ ਵੀ ਬਰਨਾਲੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਤੁਸੀਂ ਬਰਨਾਲੇ ਜ਼ਿਲ੍ਹੇ ਦੇ ਪਹਿਲੇ ਓਲੰਪੀਅਨ ਆ ਅਤੇ ਉਮੀਦਾਂ ਸਾਰੇ ਜ਼ਿਲ੍ਹੇ ਨੂੰ, ਤੁਹਾਨੂੰ ਸਾਰੇ ਪੰਜਾਬ ਨੂੰ, ਤੁਹਾਡੇ ਤੇ ਮਾਣ ਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇੰਡੀਆ ਨੂੰ ਮੈਡਲ ਦਿਵਾਓ। ਹਾਂਜੀ, ਮੈਂ ਵੀ ਇਹੀ ਸੋਚਦਾ ਵੀ ਜਿੱਦਾਂ ਹੁਣ ਇੱਕ ਰਸਤਾ ਖੁੱਲ੍ਹ ਗਿਆ ਨੌਜਵਾਨਾਂ ਲਈ ਅਤੇ ਅਗਲੀ ਵਾਰ ਗਿਣਤੀ ਹੋਰ ਵਧੂਗੀ ਅਤੇ ਉਸ ਤੋਂ ਅਗਲੀ ਵਾਰ ਹੋਰ ਗਿਣਤੀ ਵਧੂਗੀ ਅਤੇ ਇਸੇ ਤਰ੍ਹਾਂ ਗਿਣਤੀ ਅਸੀਂ ਵਧਾਵਾਂਗੇ ਬਰਨਾਲੇ ਜ਼ਿਲ੍ਹੇ ਦੀ ਅਤੇ ਪੂਰੇ ਪੰਜਾਬ ਦੀ ਅਤੇ ਵੱਧ ਤੋਂ ਵੱਧ ਮੈਡਲ ਆ ਜਿਹੜੇ ਉਹ ਲੈ ਕੇ ਆਵਾਂਗੇ ਜੀ। ਧੰਨਵਾਦ, ਥੈਂਕ ਯੂ ਜੀ। ਇਸ ਅਕਸ਼ਦੀਪ ਕਾਨੇ ਕੇ ਪਿੰਡ ਦਾ ਨੌਜਵਾਨ ਆ, ਛੋਟੇ ਜਿਹੇ ਪਿੰਡ ਤੋਂ ਉੱਠ ਕੇ ਓਲੰਪਿਕ ਖੇਡਾਂ ਤੱਕ ਪਹੁੰਚਿਆ। ਓਲੰਪਿਕ ਖੇਡਾਂ ਦੇ ਵਿੱਚ ਪਹੁੰਚਣਾ, ਇੰਡੀਆ ਨੂੰ ਰੀਪ੍ਰਜੈਂਟ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ, ਕਿਉਂਕਿ ਓਲੰਪਿਕ 4 ਸਾਲਾਂ ਬਾਅਦ ਆਉਂਦੀਆਂ ਨੇ ਅਤੇ ਉੱਥੇ ਐਜ ਏ ਦਰਸ਼ਕ ਜਾਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਐਜ ਏ ਪਲੇਅਰ ਜਾਣਾ ਇੰਡੀਆ ਨੂੰ ਰੀਪ੍ਰਜੈਂਟ ਕਰਨਾ ਬਹੁਤ ਵੱਡੇ ਮਾਣ ਵਾਲੀ ਗੱਲ ਆ। ਇੱਕ ਪਿੰਡ ਦੇ ਵਿੱਚੋਂ ਉੱਠਿਆ ਨੌਜਵਾਨ ਓਲੰਪਿਕ ਖੇਡਾਂ ਤੱਕ ਪਹੁੰਚਿਆ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਆ ਜਿਹੜਾ ਇੰਡੀਆ ਨੂੰ ਜ਼ਰੂਰ ਮੈਡਲ ਦਿਵਾਊਗਾ। ਕੈਮਰਾਮੈਨ ਆਪਣੀ ਦੇ ਨਾਲ ਗਵਿੰਦਰ ਸਿੰਘ ਜੰਗੀਆਣਾ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।